ਬਚਪਨ ਦੇ ਵਿੱਚ ਮਾਤਾ ਜੀ ਕੋਲ ਸ਼ਾਮ ਨੂੰ ਸੋਹਲੇ ਬਾਣੀ ਦਾ ਪਾਠ ਕਰਦੇ ਤੇ ਉਹਨਾਂ ਤੋਂ ਸੁਣ ਸੁਣ ਕੇ ਮੈਨੂੰ ਸੋਹਲੇ ਬਾਣੀ ਦਾ ਪਾਠ ਯਾਦ ਆਉਂਦਾ। ਤੁਸੀਂ ਬੱਚਿਆਂ ਤੇ ਨੌਜਵਾਨਾਂ ਤੇ ਜ਼ੋਰ ਬਹੁਤ ਲਾਉਂਦੇ ਹੋ ਉਹਨਾਂ ਨੂੰ ਗੁਰਬਾਣੀ ਸਿਖਾਉਣ ਲਈ ਜਾਂ ਉਹਨਾਂ ਨੂੰ ਬੱਚਿਆਂ ਨੂੰ ਸਕੂਲਾਂ ਵਿੱਚ ਜਾ ਕੇ ਗੁਰਮਤ ਨੂੰ ਦ੍ਰਿੜ ਕਰਾਉਣ ਦੇ ਲਈ ਤੁਹਾਡਾ ਬੜਾ ਐਫਰਟ ਆ, ਉਹ ਤੁਹਾਨੂੰ ਕਿਉਂ ਮੰਨ ਲਓ ਇੱਦਾਂ ਦੀ ਚੇਤਕ ਲੱਗੀ ਆ? ਤੁਸੀਂ ਤਾਂ ਘਰੇ ਬੈਠ ਸਕਦੇ ਹੋ, ਤੁਹਾਡੇ ਕਿਹੜਾ ਸਾਹਿਬ ਤੇ ਕਿਸੇ ਨੇ ਤਲਵਾਰ ਧਰੀ? ਔਰ ਫਿਰ ਉਹ ਗੁਰੂ ਸਾਹਿਬਾਂ ਦੇ ਇੱਕ ਵਾਰੀ ਜਦੋਂ ਮੈਂ ਰਿਟਾਇਰ ਹੋਇਆ ਸੀਗਾ, ਰਿਟਾਇਰ ਹੋ ਕੇ ਭਾਈ ਪੰਥ ਪ੍ਰੀਤ ਜੀ ਦੇ ਮੈਂ ਦੀਵਾਨ ਸੁਣੇ ਸੀ। ਹਾਂਜੀ, ਦੀਵਾਨ ਸੁਣੇ ਸੀ ਤਾਂ ਉਹਨਾਂ ਨੇ ਦੀਵਾਨ ਦੇ ਵਿੱਚ ਇਹੀ ਗੱਲ ਕਹੀ ਸੀ ਵੀ ਆਪਾਂ ਸਾਰਾ ਦਿਨ ਭੰਡੀ ਪ੍ਰਚਾਰ ਕਰਦੇ ਰਹਿੰਦੇ ਹਾਂ, ਉਹ ਨਹੀਂ ਕਰਦਾ, ਉਹ ਨਹੀਂ ਕਰਦਾ, ਉਹ ਨਹੀਂ ਕਰਦਾ, ਹੈ ਕਿ ਨਹੀਂ? ਅਤੇ ਵੀ ਅਸੀਂ ਕੀ ਕਰਦੇ? ਜੋ ਹੁਣ ਬੱਚੇ ਉਹਨਾਂ ਦੇ ਵੱਡੇ ਹੋ ਗਏ ਆ, 10ਵੀਂ 'ਚ ਪੜ੍ਹਦੇ ਆ, ਤਾਂ ਉਹਨਾਂ ਦੀ ਮੰਮੀ ਸੀ ਉਹ ਮੈਨੂੰ ਕਹਿੰਦੀ ਵੀ ਵੀਰ ਜੀ ਮੈਨੂੰ ਜ਼ਰੂਰ ਬਾਬਾ ਜੀ ਟਾਈਮ ਦਿਓ, ਕਿਉਂਕਿ ਬੱਚੀ ਨੂੰ ਕਹਿੰਦੀ ਮੈਂ ਸੁਆ ਕੇ ਆਈ ਹਾਂ, ਛੋਟੀ ਬੱਚੀ ਆ ਅਤੇ ਜਿੰਨਾ ਚਿਰ ਸੁੱਤੀ ਆ ਮੈਂ ਰੌਲ ਲਾ ਲਾ। ਮੈਂ ਗੁਰੂ ਸਾਹਿਬਾਂ ਦਾ ਇੰਨਾ ਸ਼ੁਕਰ ਗੁਜ਼ਾਰ ਹਾਂ। ਮਾਂ ਪਿਓ ਦੇ ਜਿਹੜੇ ਫਰਜ਼ ਆ ਬੱਚਿਆਂ ਪ੍ਰਤੀ ਕੀ ਹੋਣੇ ਚਾਹੀਦੇ ਆ? ਪਿਆਰ ਤੁਸੀਂ ਆਪਦੇ ਮਾਂ ਪਿਓ ਨੂੰ ਕਿਵੇਂ ਸਾਂਭਿਆ? ਕਿਵੇਂ ਸਾਂਭਿਆ? ਹਾਂ, ਉਹ ਬੱਚੇ ਵੇਖਦੇ ਆ, ਉਹ ਬੱਚੇ ਵੇਖਦੇ ਆ ਔਰ ਉਸੇ ਚੀਜ਼ ਦਾ ਪ੍ਰਭਾਵ ਪੈਂਦਾ ਹੈ ਸਾਨੂੰ। ਸਾਡੇ ਤਾਂ ਸਵੈ ਪਟੋਲ ਦੀ ਥੋੜ੍ਹੀ ਜੀ ਇਹ ਥੋੜ੍ਹੀ ਘੱਟ ਗਈ, ਅਸੀਂ ਜੋ ਵੀ ਆਪਣੀ ਕਮੀ ਪੇਸ਼ੀ ਜੀ ਹੈਗੀ ਹੈ ਦੂਸਰੇ ਦਾ ਸਿੱਟ ਦਿੰਦੇ ਹਾਂ। ਜਦੋਂ ਆਪਾਂ ਪ੍ਰਚਾਰ ਕਰਦੇ ਹਾਂ ਉੱਥੇ ਇਸ ਚੀਜ਼ ਦਾ ਫਰਕ ਪੈਂਦਾ ਹੈ, ਪੈਂਦਾ ਹੈ, ਪੈਂਦਾ, ਲੋਕ ਐਕਸੈਪਟ ਕਰਦੇ ਹੈ। ਆਪਾਂ ਸਰੀਰਕ ਪੱਖੋਂ ਅਤੇ ਇਹ ਇਹਦੇ ਅਧਿਆਤਮ ਪੱਖੋਂ ਵੀ ਇਹਨੂੰ ਬੈਲੈਂਸ ਰੱਖਣਾ ਹੈ। ਜੇ ਬੈਲੈਂਸ ਆ ਤਾਂ ਫਿਰ ਜ਼ਿੰਦਗੀ ਦਾ ਨਜ਼ਾਰਾ, ਗੱਡੀ ਸਾਈਕਲ ਦੇ ਦੋਨੇ ਟਾਇਰ ਹੈ ਉਹਨਾਂ 'ਚ ਇੱਕੋ ਹੀ ਹਵਾ, ਕੀ ਨਜ਼ਾਰਾ ਉਹਦਾ ਸਫ਼ਰ ਕਰਦਾ। ਜੇ ਕਹਿੰਦੇ ਕਰੈਕਟਰ ਇਜ਼ ਗੋਨ ਐਵਰੀਥਿੰਗ ਇਜ਼ ਗੋਨ, ਜੇ ਤੇਰਾ ਚਾਲ ਚੱਲਣ ਚਲਾ ਗਿਆ ਨਾ ਬੰਦਿਆ, ਫਿਰ ਤੇਰੇ ਕੱਖ ਨਹੀਂ ਤੇਰੇ ਕੋਲ। ਜੇ ਇਹ ਸਰੀਰ ਜਿਹੜਾ ਹੈ ਇਹ ਪਰਮਾਤਮਾ ਦੇ ਰਹਿਣ ਦੀ ਥਾਂ ਹੈਗੀ ਮੰਦਰ, ਅਤੇ ਜੇ ਉਹਦੇ ਮੰਦਰ ਨੂੰ ਵੀ ਆਪਾਂ ਸਾਂਭ ਸੰਭਾਲ ਕੇ ਨਹੀਂ ਰੱਖਿਆ ਤਾਂ ਫਿਰ ਪਰਮਾਤਮਾ ਕਿੱਥੇ ਰਹੇਗਾ? ਆਪਣੇ ਆਪ ਨੂੰ ਜੋ ਵੀ ਹੈ ਮਹਿਸੂਸ ਹੋਣਾ ਚਾਹੀਦਾ ਬੰਦੇ ਨੂੰ ਵੀ ਆਹ ਮੇਰੇ ਵਿੱਚ ਕਮੀ ਹੈ, ਵੀ ਆਪਣਾ ਜਿਹੜਾ ਮੁੱਢਲਾ ਸਰੋਤ ਹੈ ਨਾ ਗੁਰਮੁਖ ਪਿਆਰਿਓ ਉਹ ਗੁਰਬਾਣੀ ਹੈ। ਗੁਰਬਾਣੀ ਨੂੰ ਥੋੜ੍ਹਾ ਪੜ੍ਹੋ, ਵਿਚਾਰ ਕੇ ਪੜ੍ਹੋ, ਉੱਥੋਂ ਸਾਡੇ ਜ਼ਿੰਦਗੀ ਦੇ ਸਾਰੇ ਹੀ ਜਵਾਬ ਮਿਲਦੇ, ਸਕੂਨ ਮਿਲਦੇ। ਬਿਲਕੁਲ ਜੀ, ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁੱਖ ਸੁੱਖ, ਜੇ ਤੂੰ ਮੇਰਾ ਹੋ ਰਿਹਾ ਸਭ ਜਗ ਜਗ ਪੂਰਾ, ਜਿੰਨਾ ਵੀ ਆਪਾਂ ਅਸਰ ਕਰਨ ਲੱਗ ਜਾਈਏ ਨਾ, ਤਾਂ ਇਹ ਦਾਵਾ ਹੈ ਦੁਨੀਆਂ ਦੇ ਵਿੱਚੋਂ ਕਲੇ ਕਲੇਸ਼ ਚਿੰਤਾ ਫਿਕਰ ਨਸ਼ਾ ਇਹ ਜਿੰਨੀ ਵੀ ਦਾਜ ਦਹੇਜ ਹੈ ਸਾਰੇ ਖਲ ਖਲ ਕਰ, ਥੋੜ੍ਹਾ ਜਿਹਾ ਵੀ ਆਪਾਂ ਧਰਮੀ ਹੋਣਾ ਬਹੁਤ ਜ਼ਰੂਰੀ ਹੈ, ਲੇਕਿਨ ਧਰਮ ਕੀ ਇਹਦਾ ਪਤਾ ਹੋਣਾ ਬੜਾ ਜ਼ਰੂਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪ੍ਰਗਟ ਸਿੰਘ ਮੁਦਕੀ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ। ਪਿਛਲੀਆਂ ਪੋਡਕਾਸਟਾਂ ਆਪਾਂ ਕੀਤੀਆਂ, ਬਹੁਤ ਸਾਰਾ ਪਿਆਰ ਮਿਲਿਆ ਅਤੇ ਅਗਲੀਆਂ ਪੋਡਕਾਸਟਾਂ ਦੇ ਲਈ ਅੱਜ ਤੁਹਾਡੇ ਕੋਲ ਦੁਬਾਰਾ ਤੋਂ ਹਾਜ਼ਰ ਹਾਂ। ਅੱਜ ਦੀ ਪੋਡਕਾਸਟ ਦੇ ਵਿੱਚ ਮੇਰੇ ਨਾਲ ਮੌਜੂਦ ਰਹਿਣਗੇ ਇੱਕ ਰਿਟਾਇਰ ਕੈਪਟਨ, ਆਰਮੀ ਦੇ ਵਿੱਚੋਂ ਡਿਊਟੀ ਦੇ ਵਿੱਚੋਂ ਰਿਟਾਇਰ ਨੇ, ਪਰ ਜਿਹੜੀ ਉਹਨਾਂ ਦੀ ਜ਼ਿੰਦਗੀ ਹੈ, ਉਹਨਾਂ ਦਾ ਜੀਵਨ ਹੈ, ਉਹ ਬੜਾ ਬਾਕਮਾਲ ਹੈ। ਇੱਕ ਚੰਗੀ ਜ਼ਿੰਦਗੀ ਨੂੰ ਲੈ ਕੇ, ਇੱਕ ਚੰਗੇ ਜੀਵਨ ਨੂੰ ਲੈ ਕੇ ਅੱਜ ਦੀ ਜਿਹੜੀ ਗੱਲਬਾਤ ਆਪਾਂ ਕਰਾਂਗੇ ਬਹੁਤ ਹੀ ਸਤਿਕਾਰਯੋਗ ਕੈਪਟਨ ਕੁਲਦੀਪ ਸਿੰਘ ਜੀ ਦੇ ਨਾਲ। ਅਤੇ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਆਪ ਜੀ ਦਾ ਵੀ ਬਹੁਤ ਧੰਨਵਾਦ। ਅਤੇ ਅੱਜ ਦੀ ਪੋਡਕਾਸਟ ਦੇ ਵਿੱਚ ਜਿੱਦਾਂ ਆਪਾਂ ਤੁਹਾਨੂੰ ਪਤਾ ਹੀ ਹੈ ਕਿ ਨੋਰਮਲ ਗੱਲਾਂ ਬਾਤਾਂ, ਹੈ ਨਾ, ਕੁਛ ਕੁ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤੁਹਾਡੀ ਪਰਸਨਲ ਜ਼ਿੰਦਗੀ 'ਤੇ, ਕਿ ਜਿਹੜੀ ਇੱਕ ਤੁਹਾਡੀ ਲਾਈਫ ਸੀ ਜਾਂ ਅੱਜ ਦੀ ਉਮਰ ਦੇ ਹਿਸਾਬ ਨਾਲ ਅੱਜ ਜਿਹੜੀ ਉਮਰ ਤੁਹਾਡੀ ਇੱਕ ਬਜ਼ੁਰਗਾਂ ਦੇ ਸਮਾਨ ਹੋ ਚੁੱਕੀ ਆ, ਬਚਪਨ ਤੋਂ ਲੈ ਕੇ ਜਿਹੜਾ ਤੁਹਾਡਾ ਆਰਮੀ ਵਾਲਾ ਸਫ਼ਰ ਕਿੱਦਾਂ ਦਾ ਸੀ?
ਅਤੇ ਉਸ ਤੋਂ ਅੱਗੇ ਜਿੱਦਾਂ ਤੁਸੀਂ ਗੁਰਮਤਿ ਵਾਲੇ ਪਾਸੇ ਵੀ ਆਏ ਆ ਨਾਲ ਨਾਲ, ਜਾਂ ਉਹ ਅੱਗੇ ਦਾ ਹੁਣ ਵਾਲਾ ਜਿਹੜਾ ਜੀਵਨ ਤੱਕ ਇਹ ਕਿੱਦਾਂ ਦਾ ਜੀਵਨ ਰਿਹਾ, ਇੱਕ ਸ਼ੋਰਟ ਜਿਹੇ ਮੈਸੇਜ 'ਚ ਤੁਸੀਂ ਦੱਸਣਾ ਚਾਹੋ? ਆਪਾਂ ਨੂੰ ਜਿਵੇਂ ਕਿ ਗੁਰਮੁਖ ਪਿਆਰੋ ਪਤਾ ਹੀ ਹੈ ਕਿ ਜਿਹੜਾ ਬਚਪਨ ਹੈ, ਬਚਪਨ ਸਾਰਿਆਂ ਤੋਂ ਪਹਿਲਾਂ ਜਿਹੜੀ ਮੁੱਢਲੀ ਸਿੱਖਿਆ ਉਹ ਆਪਣੇ ਮਾਂ ਪਿਓ ਤੋਂ ਮਿਲਦੀ ਹੈ। ਹਾਂਜੀ ਹਾਂਜੀ। ਅਤੇ ਅਸੀਂ ਮਤਲਬ ਖੁਸ਼ ਨਸੀਬ ਹਾਂ ਕਿ ਸਾਡੇ ਮਾਤਾ ਜੀ ਔਰ ਪਿਤਾ ਜੀ ਇਹ ਧਾਰਮਿਕ ਖਿਆਲ ਲੈਂਦੇ ਸੀਗੇ। ਓਕੇ ਜੀ, ਠੀਕ ਆ। ਅਤੇ ਇਉਂ ਕਰਕੇ ਉਹ ਬਚਪਨ ਦੇ ਵਿੱਚ ਮਾਤਾ ਜੀ ਕੋਲ, ਮੈਂ ਤੁਹਾਨੂੰ ਦੱਸਦਾ ਵੀ ਛੋਲੋ ਵੀ ਔਰ ਸ਼ਾਮ ਨੂੰ ਸੋਲੇ ਬਾਣੀ ਦਾ ਪਾਠ ਕਰਦੇ, ਅਤੇ ਉਹਨਾਂ ਤੋਂ ਸੁਣ ਸੁਣ ਕੇ ਮੈਨੂੰ ਸੋਲੇ ਬਾਣੀ ਦਾ ਪਾਠ ਯਾਦ ਹੋ ਗਿਆ, ਜਿਹੜਾ ਕਿ ਅੱਜ ਤੱਕ ਜਦ ਮੈਂ ਹੁਣ ਮੈਨੂੰ ਯਾਦ ਕਰਨਾ ਹੋਵੇ ਤਾਂ ਥੋੜ੍ਹਾ ਕਠਿਨ ਲੱਗਦਾ ਹੈਗਾ। ਅੱਛਾ, ਇਸ ਤਰ੍ਹਾਂ ਦਾ ਮਤਲਬ ਇਹ ਹੈ ਵਾ। ਮੰਨ ਲਓ ਬਚਪਨ ਤੋਂ ਤੁਹਾਨੂੰ ਸੋਹਿਲਾ ਸਾਹਿਬ ਯਾਦ ਆ, ਮਾਤਾ ਕੋਲ? ਮਾਤਾ ਤੋਂ, ਹਾਂ ਮਾਤਾ ਤੋਂ ਮੈਨੂੰ ਯਾਦ ਹੈ ਇਉਂ ਕਰਕੇ। ਓਕੇ ਓਕੇ। ਅਤੇ ਇਉਂ ਇਵੇਂ ਮੈਂ ਹੁਣ ਤੁਹਾਨੂੰ ਦੱਸਦਾ ਘਟਨਾ ਦੱਸਦਾ ਵੀ ਬਚਪਨ ਦੀਆਂ ਹੈ ਕਿਸ ਤਰ੍ਹਾਂ ਦਾ ਹੈ ਵਾਤਾਵਰਨ। ਅਤੇ ਇਵੇਂ ਹੀ ਉਹ ਸਾਡੇ ਪਿੰਡ ਜਿਹੜਾ ਹੈਗਾ ਸਪੀਕਰ ਗੁਰਦੁਆਰੇ ਕਿਸੇ ਨੇ ਦਿੱਤਾ ਸੀ। ਅੱਛਾ, ਠੀਕ ਹੈ ਜੀ। ਅਤੇ ਉਹ ਸ਼ਾਮ ਨੂੰ ਰਹਿ ਰਾਸ ਦੇ ਰਿਕਾਰਡ ਲਾਉਂਦੇ ਹੁੰਦੇ ਸੀਗੇ। ਹਾਂਜੀ। ਅਤੇ ਅਸੀਂ ਪਸ਼ੂ ਪਸ਼ੂ ਚਾਰਨ ਜਾਂਦੇ ਹੁੰਦੇ ਅਤੇ ਜਦੋਂ ਰਹਿ ਰਾਸ ਦਾ ਰਿਕਾਰਡ ਲੱਗ ਜਾਣਾ ਅਤੇ ਉਹ ਅਸੀਂ ਸੁਣਨਾ। ਅੱਛਾ ਜੀ। ਅਤੇ ਮੈਨੂੰ ਜ਼ਿਆਦਾਤਰ ਪਾਠ ਉਸਦਾ ਹੀ ਰਹਿ ਰਾਸ ਦਾ ਯਾਦ ਹੈਗਾ। ਹਾਂ, ਇਹਦੇ 'ਚ ਗੱਲ ਵੀ ਸ਼ੁੱਧ ਚਾਰਨ ਜਿਹੜਾ ਬਾਅਦ 'ਚ ਹੋਇਆ ਹੈਗਾ, ਲੇਕਿਨ ਐਂ ਯਾਦ ਆ। ਮਤਲਬ ਬਚਪਨ ਦਾ ਮਾਹੌਲ ਇੰਨਾ ਵਧੀਆ ਅਤੇ ਇੰਨਾ ਉਹ ਵਧੀਆ। ਆਪਾਂ ਇਹ ਦੇਖੀਏ ਕਿ ਤੁਹਾਡੇ ਕਹਿਣ ਮੁਤਾਬਕ ਜਾਂ ਤੁਹਾਡੀ ਜ਼ਿੰਦਗੀ ਜਾਂ ਜੀਵਨ ਦੇ ਮੁਤਾਬਕ ਇਹ ਗੱਲ ਹੋਈ ਆ ਕਿ ਇੱਕ ਮਾਂ ਦੀ ਦਿੱਤੀ ਸਿੱਖਿਆ, ਜਿਹੜੀ ਮਾਂ ਤਾਂ ਬਚਪਨ ਤੋਂ ਕਹਿ ਲਓ ਕਿ ਆਪ ਬਾਣੀ ਪੜ੍ਹਦੀ ਹੈ ਨਾ, ਜਾਂ ਮਾਂ ਨੇ ਸ਼ਾਮ ਨੂੰ ਬਾਣੀ ਪੜ੍ਹਨੀ, ਸਵੇਰੇ ਪੜ੍ਹਨੀ, ਅਤੇ ਇੱਕ ਮਾਂ ਦੀ ਗੋਦ 'ਚ ਜਾਂ ਮਾਂ ਦੀ ਬੁੱਕਲ 'ਚ ਬੈਠ ਕੇ ਉਹ ਬਾਣੀ ਸੁਣਨੀ, ਅਤੇ ਉਹ ਸੁਣੀ ਹੋਈ ਗੁਰਬਾਣੀ ਦਾ ਅਸਰ ਹੋਇਆ ਅਤੇ ਸੋਹਿਲਾ ਸਾਹਿਬ ਦੀ ਬਾਣੀ ਕੰਠ ਆ, ਅਤੇ ਗੁਰੂ ਘਰ ਦੇ ਸਪੀਕਰਾਂ ਦੇ ਵਿੱਚ ਕਮਾਲ ਦੀ ਗੱਲ ਆ ਸੁਣ ਕੇ। ਅਤੇ ਇਹਦਾ ਮਤਲਬ ਤਾਂ ਫਿਰ ਇਹ ਬਣ ਗਿਆ ਕਿ ਜਿਵੇਂ ਆਪਾਂ ਕਹਿੰਦੇ ਹਾਂ ਪਿੰਡਾਂ 'ਚ ਸਾਡੇ ਅੱਜ ਵੀ ਗੁਰੂ ਘਰਾਂ ਦੇ ਸਪੀਕਰਾਂ ਤੋਂ ਸੁਬਾਹ ਜਪਜੀ ਸਾਹਿਬ ਦੀ ਬਾਣੀ, ਨਿਤਨੇਮ, ਸ਼ਾਮ ਨੂੰ ਰਹਿਰਾਸ ਸਾਹਿਬ ਦੇ ਹੋ ਕੇ ਆਉਂਦੇ ਆ। ਹਾਂਜੀ ਹਾਂਜੀ। ਅਤੇ ਇਹ ਕਿਤੇ ਨਾ ਕਿਤੇ ਬੱਚੇ ਦੇ ਜੀਵਨ 'ਚ ਬਹੁਤ ਵੱਡਾ ਪ੍ਰਭਾਵ ਪਾਉਂਦੇ ਆ। ਹਾਂਜੀ, ਬਹੁਤ ਪ੍ਰਭਾਵ ਪਾਉਂਦੇ ਆ ਜੀ। ਹਾਂਜੀ, ਵਾਤਾਵਰਨ ਬਹੁਤ ਪ੍ਰਭਾਵ ਪਾਉਂਦੇ ਆ ਜੀ। ਬਿਲਕੁਲ ਜੀ, ਬਿਲਕੁਲ। ਅਤੇ ਉਸ ਤੋਂ ਬਾਅਦ ਕਿਉਂਕਿ ਮੈਂ 8ਵੀਂ ਕਲਾਸ ਤੱਕ ਹੀ ਪੜ੍ਹਿਆ ਹੈਗਾ ਇੱਥੇ ਪੰਜਾਬ 'ਚ। ਅੱਛਾ ਜੀ। ਅਤੇ ਉਸ ਤੋਂ ਬਾਅਦ 14.5 ਸਾਲ ਦਾ ਜੇ ਮੈਂ ਫੌਜ 'ਚ ਭਰਤੀ ਹੋ ਗਿਆ। ਅੱਛਾ ਜੀ। ਹਾਂ, ਉਦੋਂ ਇਸ ਤਰ੍ਹਾਂ ਘੱਟ ਸੀ। ਹਾਂ, ਉਮਰ, ਕਿਉਂਕਿ ਫੌਜ 'ਚ ਉਦੋਂ ਨਾ ਬੱਚਾ ਪਾਰਟੀ ਬੋਆਏ ਰੈਜੀਮੈਂਟ ਦੇ ਵਿੱਚ ਰੱਖਦੇ ਸੀਗੇ। ਓਕੇ ਜੀ। ਅਤੇ ਸਾਡੇ ਡੈਡੀ ਹੋਰਾਂ ਨੂੰ ਪਤਾ ਲੱਗਿਆ ਇੱਧਰ ਰੱਖਦੇ ਹੈਗੇ ਆ ਜੀ, ਅਤੇ ਫਿਰ ਮੈਂ 14.5 ਸਾਲਾਂ ਦੇ ਵਿੱਚ ਹੀ ਮੈਂ 8ਵੀਂ ਕਰਕੇ ਫੌਜ 'ਚ ਚੱਲ ਪਿਆ। ਅੱਛਾ। ਹਾਂ, ਅਤੇ ਬਾਕੀ ਦੀ ਜਿੰਨੀ ਵੀ ਮੈਂ ਕੁਆਲੀਫਿਕੇਸ਼ਨ ਹੈ ਉਹ ਸਾਰੀ ਫੌਜ ਦੇ ਵਿੱਚੋਂ, ਸਪੋਰਟਸ ਸਾਈਡ 'ਤੇ ਵੀ ਮੈਂ ਸਾਰੀ ਫੌਜ ਦੇ ਵਿੱਚੋਂ। ਕਿਹੜੀਆਂ ਕਿਹੜੀਆਂ ਪੋਸਟਾਂ ਤੱਕ ਗਏ ਹੋ ਤੁਸੀਂ? ਮੈਂ ਨਾ ਦੇਖੋ ਬੱਚਾ ਪਾਰਟੀ ਦੇ ਵਿੱਚ ਐਜ ਏ ਬੋਆਏ ਭਰਤੀ ਹੋਇਆ ਸੀਗਾ। ਓਕੇ ਜੀ। ਉਸ ਤੋਂ ਬਾਅਦ ਮੈਂ 35 ਸਾਲ ਨੌਕਰੀ ਕੀਤੀ ਹੈਗੀ ਆ। ਠੀਕ ਹੈ ਜੀ। ਅਤੇ ਜਿਹੜਾ ਮਤਲਬ ਬੱਚਾ ਪਾਰਟੀ ਸਿਪਾਹੀ ਭਰਤੀ ਹੋ ਕੇ ਅਤੇ ਸਿਪਾਹੀ ਰੈਂਕ ਦਾ ਜਿਹੜਾ ਸਾਰਿਆਂ ਤੋਂ ਉੱਚਲਾ ਰੈਂਕ ਹੁੰਦਾ ਸੂਬੇਦਾਰ ਮੇਜਰ ਔਰ ਆਨਰੇਰੀ ਕੈਪਟਨ। ਅੱਛਾ ਜੀ। ਉਹ ਮੈਂ ਮਤਲਬ ਸਾਰਿਆਂ ਤੋਂ ਉੱਚਾ ਰੈਂਕ ਉਹ ਪ੍ਰਾਪਤ ਕਰਕੇ ਅਤੇ ਇਹ ਰਿਟਾਇਰ ਹੋਏ ਹਾਂ। ਅਤੇ ਮੇਰੀ ਕੁਆਲੀਫਿਕੇਸ਼ਨ ਵੀ ਜਿਹੜੀ ਹੈਗੀ ਹੈ 8ਵੀਂ ਤੋਂ ਬਾਅਦ ਜਿਹੜੀ ਗ੍ਰੈਜੂਏਸ਼ਨ ਹੈ ਔਰ ਡਿਪਲੋਮਾ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਦੇ ਵਿੱਚ ਹੈ, ਸਾਰੀ ਮੇਰੀ ਜਿਹੜੀ ਕੁਆਲੀਫਿਕੇਸ਼ਨ ਹੈ ਅਕੈਡਮਿਕ ਉਹ ਮੈਂ ਫੌਜ 'ਚ ਹੀ ਕੀਤੀ ਹੈ। ਓਕੇ। ਹਾਂ, ਮੱਧ ਪ੍ਰਦੇਸ਼ ਤੋਂ ਕੀਤੀ ਸਾਰੀ ਉਹ। ਠੀਕ ਹੈ, ਠੀਕ ਹੈ। ਮੰਨ ਲਓ ਇਹਦੇ 'ਚ ਆਪਾਂ ਇੱਕ ਚੀਜ਼ ਸੋਚਦੇ ਹਾਂ, ਜਿੱਦਾਂ ਕਿ ਤੁਸੀਂ ਫੌਜ ਦੇ ਵਿੱਚ ਡਿਊਟੀ ਕਰਨ ਤੋਂ ਬਾਅਦ ਰਿਟਾਇਰ ਹੋ ਗਏ ਹੋ, ਹੈ ਨਾ? ਮੈਂ ਤੁਹਾਨੂੰ ਪਰਸਨਲ ਤੌਰ 'ਤੇ, ਮੇਰੇ ਹਿਸਾਬ ਨਾਲ ਮੈਂ ਉਦੋਂ ਨਿੱਕੀ ਜਿਹੀ ਉਮਰ ਸੀ ਮੇਰੀ, ਬਚਪਨ 'ਚ ਸੀ ਜਦੋਂ ਦਾ ਮੈਂ ਤੁਹਾਨੂੰ ਜਾਣਦਾ। ਹਾਂਜੀ ਹਾਂਜੀ। ਮੰਨ ਲਓ ਉਦੋਂ ਤੋਂ ਤੁਹਾਨੂੰ ਵੇਖਦੇ ਆਉਂਦੇ ਹਾਂ ਜਾਂ ਤੁਹਾਡੇ ਨਾਲ ਵਿਚਰਦੇ ਹਾਂ ਸਮਾਜ ਦੇ ਵਿੱਚ, ਆਮ ਇੱਕ ਬੰਦਾ ਕੋਈ ਸਰਕਾਰੀ ਨੌਕਰੀ ਤੋਂ ਮੰਨ ਲਓ ਰਿਟਾਇਰ ਹੁੰਦਾ, ਹੈ ਨਾ, ਰਿਟਾਇਰ ਹੋਣ ਤੋਂ ਬਾਅਦ ਉਹਨੂੰ ਚਲੋ ਮਾਇਆ ਵੀ ਮਿਲ ਜਾਂਦੀ ਆ, ਪੈਨਸ਼ਨ ਵੀ ਲੱਗ ਜਾਂਦੀ ਆ, ਹੈ ਨਾ,
ਅਤੇ ਬਹੁਤ ਬੰਦੇ ਇੱਦਾਂ ਦੇ ਆ ਜਿਹੜੀ ਆਪਦੀ ਜ਼ਿੰਦਗੀ ਨੂੰ ਨਾ ਉਲਝਾਈ ਜਿਹੀ ਵੀ ਰੱਖਦੇ ਆ, ਬਹੁਤ ਇੱਦਾਂ ਦੇ ਵੀ ਆ, ਚੰਗੇ ਵੀ ਆ ਜਿਹੜੇ ਮੰਨ ਲਓ ਇੱਕ ਸਕਸੈਸਫੁਲ ਤਰੀਕੇ ਦੇ ਨਾਲ ਸੋਹਣੇ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਜਿਉਂਦੇ ਆ ਨਾ, ਪਰ ਜ਼ਿਆਦਾਤਰ ਬੰਦੇ ਇੱਦਾਂ ਵੀ ਆ ਜਿਹੜੇ ਕੋਈ ਨਸ਼ਿਆਂ 'ਚ ਪੈ ਗਏ, ਕੋਈ ਹੋਰ ਕੰਮਾਂ 'ਚ ਪੈ ਗਏ, ਜਾਂ ਮੰਨ ਲਓ ਉਲਝਦੇ ਜੇ ਫਿਰਦੇ ਆ ਜਾਂ ਹਾਲਾਤ ਆ ਨਾ। ਜਦੋਂ ਤੁਹਾਡੇ ਜੀਵਨ ਵੱਲ ਦੇਖਦੇ ਹਾਂ ਤਾਂ ਤੁਹਾਡੇ ਜੀਵਨ ਤੋਂ ਮੈਂ ਕਈ ਵਾਰੀ ਕਈਆਂ ਨੂੰ ਉਦਾਹਰਣਾਂ ਦਿੰਦਾ ਕਿ ਯਾਰ ਆਪਾਂ ਨੂੰ ਮੰਨ ਲਓ ਉਹਨਾਂ ਦੀ ਜ਼ਿੰਦਗੀ ਤੋਂ, ਤੁਹਾਡੀ ਜ਼ਿੰਦਗੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ। ਇੱਕ ਮੋਟੀਵੇਟ ਤੁਹਾਡੀ ਲਾਈਫ ਆ, ਮੋਟੀਵੇਟ ਅੱਜ ਦੀ ਉਮਰ 'ਚ, ਜੇ ਮੰਨ ਲਓ ਆਪਾਂ ਇਹ ਵੀ ਗੱਲ ਕਰ ਲਈਏ ਕਿ ਅੱਜ ਦੇ ਟਾਈਮ 'ਚ ਜਿਹੜਾ ਤੁਹਾਡਾ ਸ਼ਡਿਊਲ ਆ, ਉਮਰ ਕਿੰਨੀ ਆ ਜੀ ਅੱਜ? ਮੇਰੇ 68 ਸਾਲ ਹੋ ਗਏ। 68 ਸਾਲ ਆ, ਹੈ ਨਾ, ਮਤਲਬ 68 ਸਾਲ ਦੇ ਵਿੱਚ ਅੱਜ ਵੀ ਤੁਸੀਂ ਆਏ ਨਹੀਂ ਕਿ ਨੋਰਮਲ ਘਰ ਬੈਠੇ ਆ, ਅੱਜ ਕੀ ਸ਼ਡਿਊਲ ਆ ਤੁਹਾਡਾ? ਅੱਜ ਦਾ ਸ਼ਡਿਊਲ ਆ ਵੀ ਮੈਨੂੰ ਹਰ ਰੋਜ਼ 2:45 ਉੱਠਣਾ ਪੈਂਦਾ। ਅੱਛਾ ਜੀ। 2:45 ਉੱਠ ਕੇ ਮੈਂ ਆਪਣਾ ਨਿਤਨੇਮ ਕਰਕੇ ਮੁੜ ਕੇ, ਜੇ ਕਥਾ ਚੱਲ ਰਹੀ ਹੈ 20 ਅਕਤੂਬਰ 2022 ਤੋਂ ਮੈਂ ਲੜੀਵਾਰ ਕਥਾ ਗੁਰਦੁਆਰੇ ਸਾਹਿਬ ਕਰ ਰਿਹਾ ਪਿੰਡ ਜੀ, ਅਤੇ ਫਿਰ ਉਹਦਾ ਅਭਿਆਸ ਕਰਕੇ, ਅਤੇ ਜਦੋਂ ਉਹਦਾ ਜਪਜੀ ਸਾਹਿਬ ਦਾ ਪਾਠ ਖਤਮ ਹੋ ਜਾਂਦਾ ਹੈ ਗੁਰਦੁਆਰੇ ਸਾਹਿਬ ਦੇ ਗ੍ਰੰਥੀ ਦੁਆਰਾ, ਜੀ, ਫਿਰ ਮੈਂ ਜਿਹੜਾ 40-45 ਮਿੰਟ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ, ਉਹ 20 ਅਕਤੂਬਰ ਤੋਂ ਮੈਂ ਸ਼ੁਰੂ ਕੀਤੀ ਹੈਗੀ। ਅੱਛਾ ਜੀ। ਔਰ ਹੁਣ ਮੈਂ ਇਹ 619 ਅੰਗ 'ਤੇ ਪਹੁੰਚਿਆ ਹੈਗਾ ਇਸ 'ਤੇ ਲੜੀਵਾਰ ਚੱਲ, ਲੜੀਵਾਰ ਕਥਾ ਦੇ ਵਿੱਚ। ਉਸ ਤੋਂ ਬਾਅਦ ਦਿਨ ਤੋਂ ਹੈ ਆ ਕੇ ਤਾਂ ਫਿਰ ਮੈਂ ਹਰ ਰੋਜ਼ ਮੈਂ ਸੈਰ ਕਰਦਾ 1.5-2 ਘੰਟੇ ਸੈਰ। ਓਕੇ ਜੀ। ਹਾਂ, ਸੈਰ ਕਰਨ ਤੋਂ ਬਾਅਦ ਫਿਰ ਮੈਂ 1.5-2 ਘੰਟਾ ਜਿਹੜੀ ਔਰ ਖਾਲੀ ਐਕਸਰਸਾਈਜ਼ ਉਹ ਕਰੀਦੀ ਹੈ, ਕਰਾ ਕੇ ਫਿਰ ਦੁੱਧ ਦੱਧ ਲਿਆ ਕੇ ਫਿਰ ਆਪਦਾ ਥੋੜ੍ਹਾ ਜਿਹਾ ਤੜਕੇ ਜਿਹੜਾ ਬ੍ਰੇਕਫਾਸਟ ਵਗੈਰਾ ਹੈ ਉਹ ਫਰੂਟ ਵਗੈਰਾ ਦਾ ਹੀ ਕਰੀਦਾ ਹੈਗਾ। ਹੋਰ ਥੋੜ੍ਹੇ ਜਿਹੇ ਪਿੰਡ ਦੇ ਮੇਰੇ ਗਾਰਡਨਿੰਗ ਹੋਬੀ ਹੈ, ਮਤਲਬ ਮੈਂ ਬਗੀਚਾ ਘਰ ਹੀ ਲਾਇਆ ਹੈਗਾ। ਅੱਛਾ ਜੀ। ਹਾਂ, ਅਤੇ ਥੋੜ੍ਹੀ ਉਹਦੀ ਦੇਖਭਾਲ ਕਰ ਲਈਦੀ ਹੈ, ਅਤੇ ਇਉਂ ਕਰਕੇ ਫਿਰ ਕੋਈ ਨਾ ਕੋਈ ਜਿਹੜਾ ਆਪਣਾ ਕਬੀਲਦਾਰੀ ਦਾ ਹੈ ਕੋਈ ਨਾ ਇਸ ਤਰ੍ਹਾਂ ਦਾ ਹੁੰਦਾ ਹੈ। ਹੁਣ ਕਿਉਂ ਹਰ ਵੈਸੇ ਤਾਂ ਮੇਰੀ ਬੱਚਿਆਂ ਦੀ ਸ਼ਾਮ ਨੂੰ ਕਲਾਸ ਹੁੰਦੀ ਹੈਗੀ। ਹਾਂ, ਮੈਂ ਇੱਥੇ ਆਉਣਾ ਚਾਹੁੰਦਾ ਸੀ ਕਿ ਆਮ ਤੌਰ 'ਤੇ ਜਿੱਦਾਂ ਤੁਸੀਂ ਰਿਟਾਇਰ ਆ, ਚਲੋ ਜੋ ਘਰ ਦੇ ਕੰਮ ਨੇ ਘਰੇਲੂ ਆ ਉਹ ਤਾਂ ਜ਼ਰੂਰੀ ਆ, ਪਰ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਇਹ ਵੀ ਪਾਰਟ ਆ ਕਿ ਤੁਸੀਂ ਬੱਚਿਆਂ ਅਤੇ ਨੌਜਵਾਨਾਂ 'ਤੇ ਜ਼ੋਰ ਬਹੁਤ ਲਾਉਂਦੇ ਹੋ, ਉਹਨਾਂ ਨੂੰ ਗੁਰਬਾਣੀ ਸਿਖਾਉਣ ਲਈ ਜਾਂ ਉਹਨਾਂ ਨੂੰ ਬੱਚਿਆਂ ਨੂੰ ਸਕੂਲਾਂ ਵਿੱਚ ਜਾ ਕੇ ਗੁਰਮਤ ਨੂੰ ਦ੍ਰਿੜ ਕਰਾਉਣ ਦੇ ਲਈ ਤੁਹਾਡਾ ਬੜਾ ਐਫਰਟ ਆ, ਮੰਨ ਲਓ, ਹੈ ਨਾ, ਉਹ ਤੁਹਾਨੂੰ ਕਿਉਂ ਮੰਨ ਲਓ ਇੱਦਾਂ ਦੀ ਚੇਟਕ ਲੱਗੀ ਆ? ਤੁਸੀਂ ਤਾਂ ਘਰੇ ਬੈਠ ਸਕਦੇ ਹੋ, ਤੁਹਾਡੇ ਕਿਹੜਾ ਸਾਈਡ 'ਤੇ ਕਿਸੇ ਨੇ ਤਲਵਾਰ ਧਰੀ ਆ? ਇਹ ਨਾ ਪਤਾ, ਇਹ ਮਤਲਬ ਸਮਝ ਲਓ ਕਿ ਬਚਪਨ ਤੋਂ ਇਸ ਤਰ੍ਹਾਂ ਹੀ ਕੰਟੀਨਿਊ, ਮੈਂ ਨਾ ਆਰਮੀ ਦੇ ਵਿੱਚ ਜਿਵੇਂ ਮੈਂ ਟੈਕਨੀਕਲੀ ਕੁਆਲੀਫਾਈਡ ਸੀ ਤਾਂ ਮੈਂ ਸਪੋਰਟਸ ਵੀ ਨੈਸ਼ਨਲ ਤੱਕ ਬੋਡੀ ਵੇਟ ਲਿਫਟਿੰਗ ਕੀਤੀ ਹੈ। ਹਾਂਜੀ। ਅਤੇ ਉੱਥੇ ਮੈਂ 10 ਟੈਲ ਆਪਦੀਆਂ ਟੀਮਾਂ ਨੂੰ ਕੋਚ ਵੀ ਕੀਤਾ ਹੈਗਾ, ਅਤੇ ਉਹ ਮੇਰਾ ਉੱਥੇ ਟ੍ਰੇਨਿੰਗ ਦੇਣ ਨਾਲ ਬੱਚਿਆਂ ਦੇ ਨਾਲ ਇਸ ਤਰ੍ਹਾਂ ਦਾ ਕਰਨ ਦਾ ਨਾ ਮੇਰਾ ਬਹੁਤ ਮੈਨੂੰ ਸਕੂਨ ਮਿਲਦਾ ਹੈਗਾ। ਔਰ ਫਿਰ ਜਿਵੇਂ ਹੁਣ ਮੈਂ ਇੱਥੇ ਪਿੰਡ ਵੀ ਮੈਂ ਦੇ ਰਿਹਾ ਹੈ ਨਾ ਬੱਚਿਆਂ ਨੂੰ ਸੈਰ, ਹੁਣ ਜਿੱਥੇ ਵੀ ਮੈਂ ਜਾਂਦਾ ਸਕੂਲ 'ਚ ਜਾਂਦਾ ਸਾਰੇ, ਜਾਂ ਮੈਂ ਰਸਤੇ ਸੈਰ ਕਰਨ ਜਾਂਦਾ, ਜਿਹੜੇ ਜਿਹੜੇ ਬੱਚੇ ਮਿਲਦੇ ਨਾ ਉਹ ਐਂ ਆ ਕੇ ਮਤਲਬ ਵਿਸ਼ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਔਰ ਇੰਨਾ ਉਹਨਾਂ ਨੂੰ ਸਕੂਨ ਮਿਲਦਾ, ਇੰਨੇ ਉਹ ਰਿਸਪੈਕਟ ਦਿੰਦੇ ਹੈਗੇ ਆ, ਅਤੇ ਫਿਰ ਮੈਨੂੰ ਇਸ ਚੀਜ਼ ਦਾ ਨਾ ਬਹੁਤ ਹੌਸਲਾ ਮਿਲਦਾ ਹੈਗਾ। ਔਰ ਉਹ ਫਿਰ ਉਹ ਗੁਰੂ ਸਾਹਿਬਾਨ ਦੇ ਇੱਕ ਵਾਰੀ ਜਦੋਂ ਮੈਂ ਰਿਟਾਇਰ ਹੋਇਆ ਸੀਗਾ, ਰਿਟਾਇਰ ਹੋ ਕੇ ਭਾਈ ਪੰਥ ਪ੍ਰੀਤ ਜੀ ਦੇ ਮੈਂ ਦੀਵਾਨ ਸੁਣੇ ਸੀ, ਹਾਂਜੀ, ਦੀਵਾਨ ਸੁਣੇ ਸੀ, ਤਾਂ ਉਹਨਾਂ ਨੇ ਦੀਵਾਨ ਦੇ ਵਿੱਚ ਇਹੀ ਗੱਲ ਕਹੀ ਸੀ ਵੀ ਆਪਾਂ ਸਾਰਾ ਦਿਨ ਭੰਡੀ ਪ੍ਰਚਾਰ ਕਰਦੇ ਰਹਿੰਦੇ ਹਾਂ, ਉਹ ਨਹੀਂ ਕਰਦਾ, ਉਹ ਨਹੀਂ ਕਰਦਾ, ਉਹ ਨਹੀਂ ਕਰਦਾ, ਹੈ ਕਿ ਨਹੀਂ, ਅਤੇ ਵੀ ਅਸੀਂ ਕੀ ਕਰਦੇ ਹਾਂ ਅਸੀਂ, ਅਤੇ ਉਹ ਚੀਜ਼ ਮੈਨੂੰ ਬੜਾ ਕਿਤੇ ਨਾ ਕਿਤੇ ਸੀਗੀ, ਉਹ ਮੇਰੇ ਮਨ ਦੇ ਵਿੱਚ ਤਾਂ ਹੈਗੀ ਸੀ, ਲੇਕਿਨ ਉਹ ਚੀਜ਼ ਉਦੋਂ ਸਟ੍ਰਾਈਕ ਕਰ ਗਈ, ਉਹ ਸਟ੍ਰਾਈਕ ਕਰ ਗਈ, ਤਾਂ ਸਟ੍ਰਾਈਕ ਕਰਨ ਦੇ ਨਾਲ ਕੀ ਹੈ, ਬਸ ਵੀ ਇਹ ਮੇਰੇ ਮਨ ਦੇ ਵਿੱਚ ਤਾਂ ਹੈਗਾ ਹੀ ਸੀ ਕਿ ਮੈਂ ਕਿਵੇਂ ਜਿਵੇਂ ਵੀ ਬੱਚੇ ਹੈ, ਮਤਲਬ ਪਿੰਡ ਹੈ, ਪਿੰਡ ਦੇ ਵਿੱਚ ਇਸ ਤਰ੍ਹਾਂ ਦੀ ਫੈਸਿਲਿਟੀ ਨਹੀਂ ਹੁੰਦੀ ਹੈਗੀ ਆ, ਅਤੇ ਮੇਰਾ ਇਹ ਮਤਲਬ
ਮਨੋ ਤਮੰਨਾ ਸੀ ਵੀ ਇਹ ਚੀਜ਼ਾਂ ਨੂੰ ਪਿੰਡ ਤੋਂ ਇਹ ਸਾਰੀਆਂ ਚੀਜ਼ਾਂ ਨੂੰ ਉਹ ਚੀਜ਼ਾਂ ਜਿਨ੍ਹਾਂ ਨੂੰ ਕੋਈ ਵੀ ਨਹੀਂ ਟੱਚ ਕਰਦਾ, ਮੈਂ ਗੁਰਬਾਣੀ ਨੂੰ ਪੜ੍ਹਨਾ, ਵਿਚਾਰਨਾ, ਸੁਣਨਾ, ਇਹਨੂੰ ਕੋਈ ਕਰਨਾ ਪਸੰਦ ਨਹੀਂ ਕਰਦਾ ਵੀਰ ਜੀ। ਇਹ ਚੀਜ਼ ਹੈ ਜਿਵੇਂ ਮਤਲਬ ਔਖਾ ਲੱਗਦਾ, ਔਖਾ ਲੱਗਦਾ, ਮਤਲਬ ਸਾਡੀ ਜ਼ਿੰਦਗੀ ਦੇ ਵਿੱਚ ਵੀ ਸਾਡਾ ਇਹ ਕੰਮ ਜਿਹਾ ਬਣ ਗਿਆ, ਬਸ ਸਾਨੂੰ ਸੌਖਾ ਜਿਹਾ ਕੰਮ, ਔਖਾ ਨਾ ਕੁਛ, ਘਾਲਣਾ ਨਾ ਘਾਲਣੀ। ਅਤੇ ਉਹ ਫਿਰ ਨਾ ਉਹਦੇ ਨੂੰ ਰੁਚੀ ਜਦੋਂ ਹੋਈ ਐਂ ਕਰਕੇ ਸ਼ੁਰੂ 'ਚ, ਅਤੇ ਫਿਰ ਮੈਨੂੰ ਸੰਗਤਾਂ ਵੱਲੋਂ ਬੜਾ ਰਿਸਪੋਂਸ ਮਿਲਿਆ। ਹਾਂਜੀ, ਬੱਚਾ ਫਿਰ ਇੰਨਾ ਉਹ ਪਿਆਰ, ਉਹ ਹਰੇਕ ਚੀਜ਼ ਮੈਂ ਨਾ ਐਂ ਮੈਂ ਤੁਹਾਨੂੰ ਦੱਸਦਾ ਵੀ ਪਿੰਡ ਆ ਕੇ ਕਿਉਂ ਕੀਤੀ। ਮੇਰੇ ਮਨ 'ਚ ਤਾਂ ਸ਼ੁਰੂ ਸੀ, ਅਤੇ ਸਾਡੇ ਪਿੰਡ ਨਾ ਇਹ ਸੀਗਾ ਅਖੰਡ ਪਾਠ ਸਾਹਿਬ ਸੀਗਾ ਇਹਦਾ, ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ, ਗੁਰਪੁਰਬ ਜੀ। ਹਾਂ ਸਰ, ਅਤੇ ਗੁਰਪੁਰਬ 'ਤੇ ਉਹ ਨਾਲ ਪੋਥੀ ਰੱਖਦੇ ਸੀ। ਮੈਨੂੰ ਨਹੀਂ ਪਤਾ ਵੀ ਉਹ ਗੁਰ ਰਹਿਤ ਮਰਿਆਦਾ ਦੇ ਹਿਸਾਬ ਦੇ ਨਾਲ ਪੋਥੀ ਰੱਖਣੀ ਚਾਹੀਦੀ, ਨਹੀਂ ਰੱਖਣੀ ਚਾਹੀਦੀ, ਇਹ ਸਾਰੀਆਂ ਚੀਜ਼ਾਂ ਦਾ ਉਦੋਂ ਗਿਆਨ ਨਹੀਂ ਸੀਗਾ ਜੀ ਜੀ। ਅਤੇ ਪੋਥੀ ਰੱਖਦੇ ਸੀ, ਅਤੇ ਪੋਥੀ ਰੱਖਦੇ ਉਦੋਂ ਜਦੋਂ ਹੁੰਦਾ ਗੁਰਪੁਰਬ ਗੁਰੂ ਨਾਨਕ ਸਾਹਿਬ ਜੀ ਦਾ ਹੁੰਦਾ, ਅਤੇ ਬਹੁਤ ਸਾਰੇ ਲੋਕ ਸੰਕਟ ਮੋਸ਼ਨ ਹੈ ਕਿਤੇ ਜਗ੍ਹਾ, ਸੰਕਟ ਨਹੀਂ ਕਪਾਲ ਮੋਚਨ, ਕਪਾਲ ਮੋਚਨ, ਕਪਾਲ ਮੋਚਨ, ਉੱਧਰ ਨੂੰ ਚਲੇ ਜਾਂਦੇ ਬਹੁਤ ਸਾਰੇ ਲੋਕ। ਹਾਂ, ਤਾਂ ਉਹ ਜਿੰਨੇ ਪੋਥੀ 'ਤੇ ਸੇਵਾ ਕਰਨ ਵਾਲੇ ਸੀ ਨਾ, ਅਤੇ ਉੱਥੇ ਸਾਰੇ ਚਲੇ ਗਏ। ਤੋ ਗ੍ਰੰਥੀ ਸਿੰਘ ਨੇ ਉਦੋਂ ਜਦੋਂ ਹੋਇਆ ਅਖੰਡ ਪਾਠ ਸਾਹਿਬ ਸੰਪੂਰਨ ਹੋਇਆ, ਤਾਂ ਉਹ ਕਹਿੰਦਾ ਜੀ ਵੀ ਇਹ ਪੋਥੀ ਨਾਲ ਨਾ ਰੱਖੋ, ਜੇ ਪੋਥੀ ਨਾਲ ਰੱਖਣੀ ਹੈਗੀ ਆ ਅਤੇ ਫਿਰ ਜਿਵੇਂ ਗ੍ਰੰਥ ਪਾਠੀਆਂ ਨੂੰ ਪੈਸੇ ਦਿੰਦੇ ਉਹਨਾਂ ਨੂੰ ਵੀ ਪੈਸੇ ਦਿਓ। ਕਹਿੰਦਾ ਵੀ ਮੈਂ ਸਾਰੇ ਭਟਕਦਾ ਰਿਹਾ ਅਤੇ ਪੋਥੀ 'ਤੇ ਬੈਠਣ ਨੂੰ ਕੋਈ ਨਹੀਂ ਗਾ। ਅਤੇ ਇਹ ਮੇਰੇ ਮਨ ਦੇ ਵਿੱਚ ਨਾ ਉੱਥੇ ਜਦੋਂ ਉਹਨਾਂ ਦੀ ਕੰਮ ਖਤਮ ਹੋ ਗਿਆ, ਮੈਂ ਕਿਹਾ ਵੀ ਇਹ ਤਾਂ ਪੋਥੀ 'ਤੇ ਬੈਠਣ ਦੀ ਤੁਸੀਂ ਨਾ ਵੀ ਅਗਲੇ ਗੁਰਪੁਰਬ ਤੁਸੀਂ ਮੈਨੂੰ ਸੇਵਾ ਦਿਓ ਵੀ ਮੈਂ ਬੱਚਿਆਂ ਨੂੰ ਪੋਥੀ 'ਤੇ ਬੈਠਣ ਨੂੰ ਇਹਨਾਂ ਨੂੰ। ਮਤਲਬ ਤੁਹਾਨੂੰ ਇਹ ਨਹੀਂ ਕਿ ਗੁਰਬਾਣੀ ਦਾ ਗਿਆਨ ਨਹੀਂ, ਪਰ ਇੱਕ ਚੇਤਨਾ ਲੱਗ ਗਈ, ਚੇਤਨਾ ਲੱਗ। ਹਾਂ ਹਾਂ, ਅਤੇ ਫਿਰ ਮੈਂ ਹੁਣ ਦੱਸਦਾ ਕਹਾਣੀ ਥੋੜ੍ਹੀ ਕੁ। ਅਤੇ ਜਦੋਂ ਮੈਂ ਉਹ ਸੰਥਿਆ ਦਿੱਤੀ, ਬੱਚੇ ਵੀ ਕਾਫੀ ਸੀ ਅਤੇ ਇਵੇਂ ਲੇਡੀਜ਼ ਵੀ ਬਹੁਤ ਹੋ ਗਈਆਂ, ਅਤੇ ਮੁੜ ਕੇ ਅਗਲਾ ਜਿਹੜਾ ਸਾਡਾ ਉਹ ਗੁਰਪੁਰਬ ਸੀਗਾ ਵਿਸਾਖੀ 'ਤੇ ਰੱਖਿਆ ਸੀ ਅਖੰਡ ਪਾਠ ਸਾਹਿਬ, ਵਿਸਾਖੀ 'ਤੇ ਅਖੰਡ ਪਾਠ ਸਾਹਿਬ 'ਤੇ ਮਤਲਬ ਉਹ ਪੋਥੀ 'ਤੇ ਰੌਲਾ ਲਾਉਣ ਵਾਲੇ ਇੰਨੇ ਹੋ ਗਏ ਕਿ ਗੁੱਸੇ ਹੋ ਰਹੇ ਸੀਗੇ ਕਿ ਸਾਨੂੰ ਟਾਈਮ ਨਹੀਂ ਮਿਲਿਆ, ਸਾਨੂੰ ਟਾਈਮ ਨਹੀਂ ਮਿਲਿਆ। ਅਤੇ ਹੁਣ ਬੱਚੇ ਉਹਨਾਂ ਦੇ ਵੱਡੇ ਹੋ ਗਏ ਆ, 10ਵੀਂ 'ਚ ਪੜ੍ਹਦੇ ਆ, ਤਾਂ ਉਹਨਾਂ ਦੀ ਮੰਮੀ ਸੀ ਉਹ ਮੈਨੂੰ ਕਹਿੰਦੀ ਵੀ ਵੀਰ ਜੀ ਮੈਨੂੰ ਜ਼ਰੂਰ ਬਾਬਾ ਜੀ ਟਾਈਮ ਦਿਓ, ਕਿਉਂਕਿ ਬੱਚੀ ਨੂੰ ਕਹਿੰਦੀ ਮੈਂ ਸੁਆ ਕੇ ਆਈ ਹਾਂ, ਛੋਟੀ ਬੱਚੀ ਆ ਅਤੇ ਜਿੰਨਾ ਚਿਰ ਸੁੱਤੀ ਆ ਮੈਂ ਰੌਲ ਲਾ ਲਾ। ਅਤੇ ਮੈਂ ਗੁਰੂ ਸਾਹਿਬਾਨ ਦਾ ਇੰਨਾ ਸ਼ੁਕਰ ਗੁਜ਼ਾਰ ਹੈ ਵੀ ਕਿੱਥੇ ਤਾਂ ਉਹ ਕਹਿੰਦਾ ਸੀ ਵੀ ਪੋਥੀ ਤਾਂ ਰੱਖੋ ਜੇ ਪੈਸੇ ਦੇਣੇ ਆ, ਅਤੇ ਅੱਜ ਇੰਨੇ ਹੋ ਗਏ ਆ। ਇਹ ਸਾਰੀ ਚੀਜ਼ ਮੰਨ ਲਓ ਕਹਿ ਲਓ ਕਿ ਪ੍ਰੇਰਿਤ ਕੀਤਾ ਗਿਆ ਹੈ ਅੱਜ, ਚਲੋ ਉਹ ਤਾਂ ਰਹਿ ਗਈ ਗੱਲ ਇੱਕ ਸ਼ੁਰੂਆਤ ਮੰਨ ਲਓ ਜਦੋਂ ਤੱਕ ਹੈ ਨਾ, ਪਰ ਮੈਂ ਤੁਹਾਨੂੰ ਹੁਣ ਵੀ ਦੇਖਦਾ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਬੱਚਿਆਂ ਦੀਆਂ ਕਲਾਸਾਂ, ਚਲੋ ਸਕੂਲਾਂ 'ਚ ਲਾਉਂਦੇ ਆ, ਸ਼ਾਮ ਦੇ ਟਾਈਮ ਪਿੰਡਾਂ 'ਚ ਜਾ ਕੇ ਤੁਸੀਂ ਸੰਥਿਆ ਦੇ ਕੈਂਪ ਰੱਖੀ ਬੈਠੇ ਆ। ਹਾਂਜੀ ਹਾਂਜੀ, ਹਾਂ, ਉਹਦੇ ਪਿੱਛੇ ਤੁਹਾਨੂੰ ਕੋਈ ਲਾਲਚ ਆ ਜਾਂ ਕੁਛ ਮੰਨ ਲਓ ਕੀ ਮਿਲਦਾ ਕੁਛ, ਜਾਂ ਲਾਲਚ ਲਈ ਕਰ ਰਹੇ ਹੋ ਜਾਂ ਕਿਸ ਪਰਪਜ਼ ਲਈ? ਇਹ ਦੇਖੋ ਮੇਰੇ ਗੁਰੂ ਸਾਹਿਬਾਨ ਦੀ ਇਹੀ ਸਿੱਖਿਆ, ਆਪ ਜਪਿਆ ਨਾ ਜਪਾਵੇ, ਇਹ ਸਾਡੀ ਜ਼ਿੰਮੇਵਾਰੀ। ਔਰ ਦੂਸਰਾ ਕੀ ਹੈ ਨਾ, ਮੈਂ ਆਪਣੇ ਮਨ ਦੇ ਵਿੱਚ ਵੈਸੇ ਹੀ ਸੰਕਲਪ ਸੀ ਜਿਵੇਂ ਜਿਵੇਂ ਸੀਗਾ ਵੀ ਹਾਂ ਮੈਨੂੰ ਆਹ ਉਹਦਾ ਮਿਲ ਜੂਗਾ, ਆਹ ਹੈ ਕਰ ਕਰਾ ਕੇ, ਇਹ ਮੇਰੇ ਮਨ ਦੇ ਵਿੱਚ ਸੀਗਾ ਵੀ ਉਦੋਂ ਅਹੁਦੇ ਪ੍ਰਾਪਤ ਕਰਨ ਤੋਂ ਬਾਅਦ ਫਿਰ ਬੰਦਾ ਹੋਰ ਚੱਕਰਾਂ 'ਚ ਪੈ ਜਾਂਦਾ ਹੈਗਾ, ਲੇਕਿਨ ਮੇਰੇ ਮਨ ਦੇ ਵਿੱਚ ਲਾਲਚ ਸੀ ਵੀ ਹਾਂ ਇਹ ਸਾਰੀਆਂ ਚੀਜ਼ਾਂ ਪਿੰਡਾਂ 'ਚ ਬੈਕਵਰਡਨੈਸ ਹੁੰਦੀ ਹੈ ਜੀ, ਇੱਥੇ ਇਹਨਾਂ ਨੂੰ ਕੋਈ ਅਟੈਂਡ ਕਰਨ ਵਾਲਾ ਨਹੀਂ ਹੁੰਦਾ ਹੈਗਾ, ਜੇ ਅਟੈਂਡ ਕਰਦੇ ਹੈ ਤਾਂ ਉਹਨਾਂ ਦੇ ਆਪਦੇ ਰੁਝੇਵੇਂ ਇੰਨੇ ਹੁੰਦੇ ਹੈਗੇ ਆ, ਚਾਹੇ ਉਹਨਾਂ ਦੇ ਫਾਈਨੈਂਸ਼ਲੀ ਉਹਨਾਂ ਦਾ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਤਾਂ ਉਹ ਕੰਟੀਨਿਊ ਨਹੀਂ ਕਰ ਪਾਉਂਦੇ। ਅਤੇ ਬਸ ਗੁਰੂ ਸਾਹਿਬਾਨ ਨੂੰ ਅਰਦਾਸ ਕੀਤੀ ਵੀ ਇਹ ਸੇਵਾ ਗੁਰੂ ਸਾਹਿਬਾਨ ਬਖਸ਼ਿਸ਼ ਕਰੋ, ਤਾਂ ਕਿ ਕਰਕੇ ਹੁਣ ਜਿੱਥੇ ਜਿੱਥੇ ਵੀ ਜਾਂਦੇ ਹਾਂ ਸੰਗਤਾਂ ਵੱਲੋਂ ਹੀ ਇਹ ਮੋਟੀਵੇਸ਼ਨ ਵੀ ਹਾਂ ਇਹ ਸਾਰੀ ਚੀਜ਼ ਹੋ। ਅਤੇ ਹਾਂ ਬਹੁਤ ਕਹਿ ਲਓ ਕਿ ਅੱਗੋਂ ਮੋਟੀਵੇਸ਼ਨ ਤੋਂ ਹੀ ਅੱਗੇ ਤੁਸੀਂ ਅੱਗੇ ਚਲੇ ਜਾਓ, ਜੇ ਮੰਨ ਲਓ ਇੱਕ ਥਾਂ ਗਏ, ਇੱਕ ਥਾਂ ਤੋਂ ਹੌਸਲਾ ਮਿਲਿਆ ਅਤੇ ਦੂਜੇ ਥਾਂ। ਹਾਂਜੀ ਹਾਂ, ਨਹੀਂ ਤਾਂ ਹੁਣ ਬਹੁਤੇ ਬੰਦੇ ਜਾਂ ਰਿਸ਼ਤੇਦਾਰ ਵੀ ਕੀ ਤੁਹਾਡੇ ਬੱਚਿਆਂ ਨੇ ਜਾਂ ਪਰਿਵਾਰ ਨੇ ਰਿਸ਼ਤੇਦਾਰਾਂ ਨੇ ਕਿਹਾ ਤੁਹਾਨੂੰ ਕੀ ਲੋੜ ਆ ਤੁਸੀਂ ਤੁਰੇ ਫਿਰਦੇ ਆ ਡੇਲੀ, ਮੰਨ ਲਓ
ਆਪਦਾ ਤੇਲ ਬਾਲ ਕੇ ਕਿਸੇ ਦੂਜੇ ਪਿੰਡ ਜਾ ਕੇ ਦੂਜੇ ਸਕੂਲ 'ਚ ਜਾ ਕੇ ਥਾਂ ਥਾਂ 'ਤੇ ਜਾ ਕੇ ਤੁਸੀਂ ਬੱਚਿਆਂ ਨੂੰ ਮੰਨ ਲਓ ਬਿਨਾਂ ਕਿਸੇ ਜਿਵੇਂ ਆਪਾਂ ਆਮ ਦੁਨਿਆਵੀ ਪੱਖ ਦੀ ਗੱਲ ਕਰੀਏ ਕਿ ਬਿਨਾਂ ਕਿਸੇ ਪੈਸੇ ਕਰਕੇ ਜਾਂ ਬਿਨਾਂ ਕਿਸੇ ਚੀਜ਼ ਕਰਕੇ ਆਪਦੇ ਪੱਲਿਓਂ ਤੇਲ ਬਾਲ ਕੇ ਤੁਹਾਨੂੰ ਕੀ ਮਿਲਦਾ? ਉਹ ਨਹੀਂ ਪਹਿਲਾਂ ਪਹਿਲਾਂ ਰਿਸ਼ਤੇਦਾਰਾਂ ਵੱਲੋਂ ਆਏ ਸੀ ਵੀ ਯਾਰ ਵੀ ਕੀ ਕੰਮ ਕਰਦਾ ਹੈ ਜਾਂ ਕਰ ਕਰਾ ਕੇ, ਅਤੇ ਮਤਲਬ ਇਹ ਸਾਰਾ ਜਿਹੜਾ ਕੰਮ ਹੈ ਕਿਸੇ ਇਹ ਗਿਣਤੀ 'ਚ ਨਹੀਂ ਆਉਂਦਾ ਦੁਨਿਆਵੀ ਲੋਕ, ਹਾਂ ਦੁਨਿਆਵੀ ਲੋਕਾਂ ਦੀ ਗਿਣਤੀ 'ਚ ਨਹੀਂ, ਕਿਸੇ ਨੂੰ ਚੰਗੇ ਰਾਹ ਤੇ ਤੋਰਨਾ, ਕਿਸੇ ਨੂੰ ਚੰਗੀ ਸੇਧ ਦੇਣੀ। ਹਾਂ ਅਤੇ ਹੁਣ ਕੀ ਆ ਜਿਵੇਂ ਜਿਵੇਂ ਲੋਕਾਂ ਨੂੰ ਵੀ ਰਿਸ਼ਤੇਦਾਰਾਂ ਨੂੰ ਵੀ ਸਾਰਿਆਂ ਨੂੰ ਜਿਵੇਂ ਜਿਵੇਂ ਹੁਣ ਇਸ ਚੀਜ਼ ਦੇ ਹੋਇਆ ਹੈਗਾ, ਉਹ ਬਹੁਤ ਸਾਰਾ ਉਹਨਾਂ ਵੱਲੋਂ ਵੀ ਮੈਨੂੰ ਬੜਾ ਮਤਲਬ ਰਿਸਪੋਂਸ ਮਿਲਦਾ ਹੈ, ਬਹੁਤ ਐਪਰੀਸ਼ੀਏਟ ਕਰਦੇ ਹੈਗੇ ਆ, ਅਤੇ ਉਹ ਫਿਰ ਬੱਚਿਆਂ ਦਾ ਵੀ ਬਹੁਤ ਇਹ ਸਾਰੀ ਚੀਜ਼ ਦਾ ਹੋ ਰਿਹਾ ਹੈ, ਬੱਚਿਆਂ ਦੇ ਮਾਪੇ ਵੀ ਇਸ ਤਰ੍ਹਾਂ ਦਾ ਰਿਸਪੋਂਸ ਕਰ ਰਹੇ ਆ, ਔਰ ਬੱਚੇ ਬਹੁਤ ਨਾ ਅੱਛੇ ਮਤਲਬ ਜਿਹੜੇ ਬੱਚੇ ਟ੍ਰੇਨਡ ਕੀਤੇ ਹੈਗੇ ਆ, ਕਈ ਵਾਰੀ ਜਿਹੜੇ ਗੁਰਮਤ ਦੇ ਸਿਧਾਂਤਾਂ ਦੀ ਗੱਲ ਹੈ ਉਹ ਇਸ ਤਰ੍ਹਾਂ ਦਾ ਕੁਐਸਚਨ ਕਰ ਦਿੰਦੇ ਹੈਗੇ ਆ ਕਿ ਕਿਤੇ ਕਿਤੇ ਉਹ ਆਪਦੇ ਧਿਆਨ 'ਚ ਨਹੀਂ ਆਇਆ ਹੁੰਦਾ ਹੈਗਾ ਕਰ ਕਰਾ ਕੇ, ਫਿਰ ਉਹ ਮਨ ਸਿੱਖਣ ਨੂੰ ਮਿਲ ਰਿਹਾ। ਹਾਂਜੀ ਜੇ ਆਪਾਂ ਕਹੀਏ ਕਲਾਸਾਂ 'ਚ ਜਾਂਦੇ ਹਾਂ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਉੱਥੋਂ ਵੀ ਸਾਨੂੰ ਸਿੱਖਣ ਬਹੁਤ ਸਿੱਖਣ ਨੂੰ ਮਿਲਦਾ। ਹਾਂਜੀ ਮੈਂ ਤਾਂ ਜ਼ਿਆਦਾਤਰ ਮਤਲਬ ਇਹਨਾਂ ਤੋਂ ਬੱਚਿਆਂ ਤੋਂ ਹੀ ਹੈ ਕੁਐਸਚਨ, ਅਤੇ ਨਹੀਂ ਤਾਂ ਧਾਰਮਿਕ ਦੁਨੀਆਂ ਦੇ ਵਿੱਚ ਇਸ ਤਰ੍ਹਾਂ ਦਾ ਵੀ ਜ਼ਿਆਦਾਤਰ ਹੁੰਦਾ ਹੈ ਵੀ ਨਹੀਂ ਹਾਂ ਜਿਹੜਾ ਤੁਹਾਨੂੰ ਦੱਸੀ ਜਾਂਦੇ ਹੈ ਅਤੇ ਤੁਸੀਂ ਉਹਨੂੰ ਰਟਿਆ, ਅਤੇ ਪਰ ਨਹੀਂ ਸਾਡੀ ਇਹ ਹੈ ਨਹੀਂ, ਤੁਸੀਂ ਜ਼ਿਆਦਾ ਤੋਂ ਜ਼ਿਆਦਾ ਸਵਾਲ ਪੁੱਛੋ, ਜਿੰਨੇ ਤੁਸੀਂ ਜ਼ਿਆਦਾ ਸਵਾਲ ਪੁੱਛੋਗੇ ਓਨਾ ਹੀ ਮਤਲਬ ਤੁਹਾਡਾ ਵੀ ਫਾਇਦਾ ਹੈ ਅਤੇ ਮੇਰਾ ਵੀ ਫਾਇਦਾ ਹੈਗਾ, ਅਤੇ ਜਿੰਨੇ ਵੀ ਮੇਰੇ ਬੱਚੇ ਮਤਲਬ ਟ੍ਰੇਨਡ ਕੀਤੇ ਹੋਏ ਆ ਉਹ ਬੇਫਿਕਰ ਹੋ ਕੇ ਜੋ ਵੀ ਬੇਝਿਜਕ ਹੋ ਕੇ ਉਵੇਂ ਹੈ, ਉਹ ਜਿੱਦਾਂ ਕੋਈ ਮੈਥੋਂ ਵੀ ਕੋਈ ਮਿਸਟੇਕ ਹੋ ਜਾਂਦੀ ਹੈ ਉਹ ਸਾਰੀ ਚੀਜ਼ ਕਰੈਕਟ ਕਰਦੇ ਹੈਗੇ। ਹਾਂ ਅਤੇ ਇਹਦੇ ਨਾਲ ਮੈਨੂੰ ਨਾ ਬਹੁਤ ਹੋਰ ਵੀ ਹੌਸਲਾ ਹੋ ਰਿਹਾ ਹੈਗਾ ਚਾਰ ਸਵੇਰੇ। ਹਾਂ ਬਿਲਕੁਲ ਬਿਲਕੁਲ। ਜਿੱਦਾਂ ਤੁਹਾਡੇ ਬੱਚੇ ਅੱਜ ਕੱਲ੍ਹ ਕਿੱਥੇ ਰਹਿ ਰਹੇ ਨੇ? ਮੇਰਾ ਬੱਚੇ ਨਾ ਉਹਨਾਂ ਨੇ ਦੋਨਾਂ ਨੇ ਰਿਟਾਇਰਮੈਂਟ ਲੈ ਲਈ ਹੈ, ਛੋਟਾ ਬੱਚਾ ਹੈ ਜੇ ਸੂਬੇਦਾਰ ਮਤਲਬ ਉਹਨੇ ਪ੍ਰੀ ਮੈਚਰ ਰਿਟਾਇਰ ਲੈ ਲਈ ਹੈ ਤੋ ਜੀਰਕਪੁਰ ਰਹਿ ਰਿਹਾ ਹੈਗਾ। ਅੱਛਾ ਜੀ। ਤੋ ਵੱਡਾ ਬੱਚਾ ਨੇ ਕਰਨਲ ਤੋਂ ਆ ਜਨਵਰੀ 'ਚ ਲਈ ਹੈ, ਕਰਨਲ ਪੋਸਟ ਤੋਂ ਉਹਨਾਂ ਨੇ ਰਿਟਾਇਰਮੈਂਟ ਲਈ ਹੈ, ਫਿਲਹਾਲ ਉਹ ਟੈਂਪਰੇਰੀ ਦਿੱਲੀ ਰਹਿ ਰਿਹਾ ਹੈਗਾ। ਜਿੱਦਾਂ ਆਪਾਂ ਮੰਨ ਲਓ ਦੇਖਦੇ ਹਾਂ ਤੁਸੀਂ ਵੀ ਆਪਣੀ ਜ਼ਿੰਦਗੀ ਇੱਕ ਚੰਗੇ ਤਰੀਕੇ ਨਾਲ ਜਿਉਈ ਆ, ਹੈ ਨਾ, ਬੜੇ ਵਧੀਆ ਤਰੀਕੇ ਨਾਲ, ਅਤੇ ਜੇ ਅੱਜ ਤੁਹਾਡੇ ਬੱਚੇ ਵੀ ਮੰਨ ਲਓ ਸਕਸੈਸਫੁਲ ਹੋ ਕੇ ਇੱਕ ਆਰਮੀ ਦੇ ਵਿੱਚ ਹੀ ਡਿਊਟੀ ਕਰਕੇ ਰਿਟਾਇਰ ਹੋਏ ਆ, ਉਹਦੇ ਪਿੱਛੇ ਕੀ ਤੁਸੀਂ ਕਹੋਗੇ ਇਹ ਮਾਪਿਆਂ ਦਾ ਫਰਜ਼ ਆ ਜਾਂ ਮਾਂ ਪਿਓ ਉਹ ਚੀਜ਼ ਵੱਲ ਨੂੰ ਪ੍ਰੇਰਿਤ ਕਰਦੇ ਆ ਤਾਂ ਕਰਕੇ ਹੋਇਆ? ਹਾਂਜੀ ਉਹ ਨਾ ਮਾਂ ਪਿਓ ਦੀ ਤਾਂ ਜਿਵੇਂ ਮੈਂ ਦੱਸਿਆ ਵੀ ਜਿਹੜਾ ਮੈਨੂੰ ਬਚਪਨ ਹੈ ਆਪਣੀ ਮਾਤਾ ਜੀ ਤੋਂ, ਹੈ ਨਾ ਜੀ, ਜ਼ਿਆਦਾ ਕਿਉਂਕਿ ਪਿਤਾ ਜੀ ਮੇਰੇ ਆਰਮੀ 'ਚ ਸੀਗੇ ਫੌਜ 'ਚ ਸੀ, ਉਹਨਾਂ ਦੇ ਨਾਲ ਉਨਾ ਪੱਲਾ ਨਹੀਂ ਅਸੀਂ ਤਾਂ ਪਿੰਡ 'ਚ ਹੈ ਕਿ ਨਹੀਂ। ਅੱਛਾ ਪਿਤਾ ਜੀ ਵੀ ਆਰਮੀ 'ਚ? ਹਾਂ ਪਿਤਾ ਜੀ ਮੇਰੇ ਆਰਮੀ 'ਚ ਸੀ, ਮਤਲਬ ਇਹ ਕਹਿ ਲਓ ਕਿ ਪਿਛਲੀਆਂ ਪੀੜ੍ਹੀਆਂ ਤੋਂ ਹੀ ਸਾਰਾ ਪਰਿਵਾਰ। ਅੱਛਾ। ਹਾਂ ਅਤੇ ਐਵੇਂ ਉਹ ਫਿਰ ਬੱਚੇ ਤਾਂ ਮੇਰੇ ਨਾਲ ਹੀ ਪੜ੍ਹੇ, ਹੈ ਨਾ, ਗਰੋਥ ਹੋਈ ਅਤੇ ਉਹਨਾਂ ਨੂੰ ਇਹ ਸਾਰਾ ਵਾਤਾਵਰਨ ਮਿਲਿਆ, ਅਤੇ ਬਾਕੀ ਬੱਚਿਆਂ ਨੂੰ ਜ਼ਿਆਦਾ ਮੋਟੀਵੇਸ਼ਨ ਕਰਨ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਇਹ ਸਾਰੀ ਉਹਨਾਂ 'ਤੇ ਸਟ੍ਰਿਕਟਨੈਸ ਦੀ ਉਹ ਮੇਰੀ ਨਾ ਵਾਈਫ ਦੀ ਜ਼ਿਆਦਾ ਜ਼ਿੰਮੇਵਾਰੀ, ਮੇਰੀ ਸਿਗਣੀ ਦੀ ਉਹਦੀ ਜ਼ਿੰਮੇਵਾਰੀ ਜ਼ਿਆਦਾ ਉਹਨਾਂ ਨੇ ਨਿਭਾਈ। ਹਾਂਜੀ ਕਿਉਂਕਿ ਮੈਂ ਤਾਂ ਆਪਣੀ ਸਪੋਰਟਸ ਐਕਟੀਵਿਟੀ ਦੇ ਵਿੱਚ ਜਾਂ ਆਪਣੀ ਮਿਲਟਰੀ ਡਿਊਟੀ ਦੇ ਵਿੱਚ ਕਾਫੀ ਬਿਜ਼ੀ ਰਹਿੰਦਾ ਸੀ, ਬਹੁਤ ਵਾਰੀ ਬੱਚਿਆਂ ਤੋਂ ਥੋੜ੍ਹਾ ਆਈਸੋਲੇਟ ਵੀ ਰਹਿੰਦਾ ਸੀ, ਲੇਕਿਨ ਉਹ ਸਾਡੀ ਸਿਗਣੀ ਨੇ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਬਹੁਤ ਹੀ ਮਤਲਬ ਜਿੰਨੀ ਬੱਚਿਆਂ ਦੀ ਜਿਹੜੀ ਹੈ ਨਾ ਪਰਿਵਾਰ 'ਚ ਜਾਂ ਜੋ ਵੀ ਅੱਜ ਹੈਗੇ ਆ, ਮੈਂ ਸਾਰਾ ਕ੍ਰੈਡਿਟ ਆਪਦੀ ਸਿੰਘਣੀ ਨੂੰ ਦਿੰਦਾ ਮੇਰਾ ਘਰ 'ਚ। ਨਹੀਂ ਇਹਦੇ 'ਚ ਇਹ ਵੀ ਹੈ ਨਾ ਜੀ, ਦੇਖੋ ਦੋਨਾਂ ਦਾ ਫਰਜ਼ ਹੁੰਦਾ, ਮੰਨ ਲਓ ਇਹ ਇੱਕ ਜਾਣਾ ਮੰਨ ਲਓ ਤੁਸੀਂ ਆਰਮੀ 'ਚ ਡਿਊਟੀ ਕਰਦੇ ਸੀ ਜਾਂ ਮਿਹਨਤ ਕਰਦੇ ਸੀ, ਹੈ ਨਾ, ਮੰਨ ਲਓ ਮਾਤਾ ਜੀ ਹੁਣੇ ਘਰੇ ਸੀ, ਉਹਨਾਂ ਦਾ ਇਹ ਆਮ ਤੌਰ 'ਤੇ ਆਪਾਂ ਜੇ ਮੰਨ ਲਓ ਆਮ, ਇਹ ਤਾਂ ਚਲੋ ਤੁਹਾਡੀ ਗੱਲ ਹੋ ਗਈ ਆਮ ਲੋਕਾਂ ਦੀ ਗੱਲ, ਇੱਥੇ ਆਪਾਂ ਇੱਕ ਉਹਨਾਂ ਨੂੰ ਜੇ ਵੀ ਸੇਧ ਦੇਣ ਦੀ ਚਲੋ ਆਪਦੇ ਵੱਲੋਂ ਜਾਂ ਕੋਸ਼ਿਸ਼ ਕਰੀਏ ਕਿ ਮਾਂ ਪਿਓ ਦੇ ਜਿਹੜੇ ਫਰਜ਼ ਆ ਬੱਚਿਆਂ ਪ੍ਰਤੀ
ਕੀ ਹੋਣੇ ਚਾਹੀਦੇ ਆ? ਜਿੱਦਾਂ ਤੁਸੀਂ ਕਹਿੰਦੇ ਆ, ਤੁਸੀਂ ਮਿਹਨਤ ਕੀਤੀ, ਕਮਾਈ ਕੀਤੀ, ਮਾਤਾ ਜੀ ਹੁਣਾਂ ਨੇ ਬੱਚਿਆਂ ਨੂੰ ਇੱਕ ਚੰਗੇ ਰਾਹ 'ਤੇ, ਅਤੇ ਦੁਨੀਆਂ ਦੇ ਵਿੱਚ ਬਹੁਤੇ ਮਾਪੇ ਇੱਦਾਂ ਦੇ ਆ ਜਿਹੜੇ ਕਿਤੇ ਨਾ ਕਿਤੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਨਹੀਂ ਦੇ ਪਾ ਰਹੇ, ਜਾਂ ਜਿਨ੍ਹਾਂ ਦੀ ਔਲਾਦ, ਜਿਨ੍ਹਾਂ ਦੇ ਬੱਚੇ ਭਟਕ ਚੁੱਕੇ ਨੇ, ਸਹੀ ਰਾਹ ਤੋਂ ਭਟਕ ਗਏ, ਵਕਾਰਾਂ ਵਾਲੇ ਪਾਸੇ ਤੁਰੇ ਫਿਰਦੇ ਨੇ, ਹੈ ਨਾ, ਅਤੇ ਮਾਪੇ ਵੀ ਤੰਗ ਨੇ, ਬੱਚੇ ਵੀ ਤੰਗ ਨੇ, ਉਹਨਾਂ ਨੂੰ ਜੇ ਜਿੱਦਾਂ ਤੁਸੀਂ 68 ਸਾਲ ਦੀ ਜ਼ਿੰਦਗੀ ਜਿਉਂ ਚੁੱਕੇ ਆ, ਤੁਸੀਂ ਕਿੱਦਾਂ ਦਾ ਪ੍ਰੇਰਿਤ ਕਰਨਾ ਚਾਹੋਗੇ ਕਿ ਮਾਪੇ ਬੱਚਿਆਂ ਨੂੰ ਕਿੱਦਾਂ ਗਾਈਡ ਕਰਨ, ਮਾਪਿਆਂ ਦੇ ਫਰਜ਼ ਕੀ ਹੋਣ? ਇਹ ਅਕਸਰ ਜਦੋਂ ਮੈਂ ਆਇਆਂ ਐਂ ਗੱਲਾਂ ਬਾਤਾਂ ਹੁੰਦੀਆਂ, ਜਦੋਂ ਰਿਟਾਇਰ ਹੋ ਗਏ ਨਾ, ਰਿਟਾਇਰ ਹੋ ਕੇ ਅਤੇ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਸੀ, ਅਤੇ ਉਹ ਐਂ ਮੈਨੂੰ ਐਂ ਸੁਣਨ ਨੂੰ ਮਿਲਦਾ ਹੁੰਦਾ ਸੀਗਾ। ਮੈਂ ਤੁਹਾਨੂੰ ਦੱਸਦਾ ਵੀ ਯਾਰ ਇਹਨਾਂ ਦੇ ਨਾ ਇਹ ਪੈਨਸ਼ਨ ਆਏ ਹੈਗੇ ਆ, ਇਹਨਾਂ ਨੂੰ ਇੰਨੀ ਇੰਨੀ ਪੈਨਸ਼ਨ ਮਿਲਦੀ ਹੈ, ਕੋਈ ਕੰਮ ਨਹੀਂ ਲੈਣਾ ਨਹੀਂ ਦੇਣਾ, ਇਹਨਾਂ ਨੂੰ ਗੱਲਾਂ ਆਉਂਦੀਆਂ। ਅਤੇ ਮੇਰੇ ਉਹ ਜਿਹੜੇ ਪੜ੍ਹੇ ਲਿਖੇ ਜਿਹੜੇ ਟੀਚਰ ਹੈ ਜਾਂ ਇਸ ਤਰ੍ਹਾਂ ਦੇ ਲੋਕ, ਉਹ ਕਹਿੰਦੇ ਸੀ, ਤਾਂ ਅਸੀਂ ਉਹ ਕਹਿੰਦੇ ਇਹ ਯਾਰ ਫੌਜੀ ਬੰਦਾ, ਇਹਨੇ ਤਾਂ ਆਪਦੇ ਬੱਚੇ ਸੈੱਟ ਕਰ ਲਏ, ਹੁਣ ਸੈੱਟ ਕਰਕੇ ਕਹਿੰਦਾ ਕੋਈ ਸਿਫਾਰਸ਼ ਨਹੀਂ ਲੱਗੀ, ਕੋਈ ਕੁਛ ਨਹੀਂ ਹੋਇਆ ਗਾ, ਇਹਨੂੰ ਗੱਲਾਂ ਆਉਂਦੀਆਂ ਕਰਕੇ ਐਂ ਨਹੀਂ ਵਾਤਾਵਰਨ ਚੱਲਦਾ ਗਾ। ਮੈਂ ਕਿਹਾ ਵੀ ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਕਿ ਤੁਸੀਂ ਪੜ੍ਹੇ ਲਿਖੇ ਵੀ ਹੈ, ਟੀਚਰ ਦੀ ਡਿਊਟੀ ਵੀ ਕੀਤੀ ਹੈਗੀ ਹੈ, ਤੁਸੀਂ ਕਿੰਨਾ ਕੁ ਟਾਈਮ ਆਪਣੇ ਬੱਚਿਆਂ ਨੂੰ ਦਿੰਦੇ? ਅਤੇ ਐਂ ਵੇਖਣ ਦੇ ਵਿੱਚ ਆਇਆ ਆਪਣੀ ਸੋਸਾਇਟੀ ਦੇ ਵਿੱਚ ਬੱਚਿਆਂ ਨੂੰ ਜਿਹੜਾ ਟਾਈਮ ਮਿਲਣਾ ਚਾਹੀਦਾ ਹੈਗਾ, ਮਾਂ ਪਿਓ ਉਹਨਾਂ ਟਾਈਮ ਦਿੰਦੇ, ਇੱਕ ਤਾਂ ਇਸ ਚੀਜ਼ ਦੀ ਘਾਟ ਹੈ। ਔਰ ਮੇਰਾ ਜਿਹਦੇ ਨਾਲ ਵੀ ਪੱਲਾ ਪੈਂਦਾ ਹੈ, ਮੈਂ ਉਹਨਾਂ ਨੂੰ ਜ਼ਰੂਰ ਇਹ ਕਹਿੰਦਾ ਹੈ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਤੁਸੀਂ ਘੰਟਾ ਡੇਢ ਘੰਟਾ ਉਹਦੇ ਨਾਲ ਗੱਲਬਾਤ, ਉਹਦੀਆਂ ਦੁੱਖ ਸੁੱਖ, ਉਹ ਸਾਰੀਆਂ ਚੀਜ਼ਾਂ ਦਾ ਅਸੀਂ ਹੁਣ ਆਪਦੇ ਦੱਸਦੇ ਹਾਂ ਵੀ ਚਲੋ ਮੈਂ ਹੁਣ ਬੱਚਿਆਂ ਦਾ ਜਦੋਂ ਵੀ ਹੁੰਦਾ ਸੀਗਾ ਅਤੇ ਕਿਤੇ ਕਿਤੇ ਸਡਨਲੀ ਉਹਨਾਂ ਦੇ ਮੈਂ ਇਹ ਆ ਕੇ ਉਹਨਾਂ ਦੇ ਵਾਸਤੇ ਵਗੈਰਾ ਚੈੱਕ ਕਰਨੇ ਵੀ ਉਹਦੇ ਵਿੱਚ ਕੋਈ ਗਲਤ ਮਲਤ ਚੀਜ਼, ਲਿਟਰੇਚਰ ਉਹਨਾਂ ਦੀਆਂ ਕਾਪੀਆਂ ਚੈੱਕ ਕਰਨ ਗਿਆ, ਸਾਰਾ ਕੁਛ ਇਹ ਸਾਰਾ ਕੁਛ ਟਾਈਮ ਆਪ ਦਿੰਦੇ ਸੀ ਜਾਂ ਵਾਈਫ ਦਿੰਦੇ ਸੀ ਕਰ ਕਰਾ ਕੇ। ਹੁਣ ਜਿਹੜੇ ਆਏ ਇਸ ਤਰ੍ਹਾਂ ਟੋਣੇ, ਮੈਂ ਉਹਨਾਂ ਨੂੰ ਪੁੱਛੀਦਾ ਵੀ ਚਾਚਾ ਜੋ ਵੀ ਉਹ ਲੱਗਦਾ ਹੁੰਦਾ ਵੀ ਤੁਸੀਂ ਇਹ ਦੱਸੋ ਵੀ ਬੱਚੇ ਨੂੰ ਉਹਨਾਂ ਨੂੰ ਕਿੱਦਾਂ, ਅਤੇ ਬੱਚਿਆਂ ਨੂੰ ਟਾਈਮ ਦੇਣਾ ਬਹੁਤ ਜ਼ਰੂਰੀ ਹੈ ਜਿਹੜਾ ਕਿ ਆਪਣੇ ਕਲਚਰ ਦੇ ਵਿੱਚ ਹੁਣ ਘੱਟ ਗਿਆ ਹੈ। ਹਾਂਜੀ ਇਹ ਹੈ। ਅਤੇ ਦੂਸਰਾ ਕੀ ਹੈ, ਬੱਚੇ ਤਾਂ ਆਪਾਂ ਵੇਖੇ ਜੇ ਬੱਚਿਆਂ ਦਾ ਸੁਭਾਅ ਹੁੰਦਾ, ਉਹ ਤੁਸੀਂ ਕੀ ਬੋਲਦੇ ਉਹ ਉਹਨਾਂ ਦੇ ਉਹ ਚੀਜ਼ ਨੂੰ ਨਹੀਂ ਹੈ, ਤੁਸੀਂ ਕੀ ਕਰਦੇ ਹੈ ਉਸ ਚੀਜ਼ ਨੂੰ ਉਹ ਵੇਖ ਕੇ ਸਿੱਖ ਜੀ। ਅਤੇ ਜਿਹੜਾ ਰੋਲ ਮਾਡਲ ਦਾ ਜਿਹੜਾ ਟ੍ਰੈਂਡ ਹੈ ਨਾ, ਉਹ ਵੀ ਹੁਣ ਥੋੜ੍ਹੀ ਜਿਹੀ ਉਹ 'ਚ ਕਮੀ ਪੇਸ਼ੀ ਆਈ ਹੈ, ਕਮੀ ਪੇਸ਼ੀ ਆਈ ਹੈ ਥੋੜ੍ਹੇ ਜਿਹੇ। ਹੁਣ ਰੁਝੇਵੇਂ ਜੇ ਵੀ ਐਂ ਜੇ ਬਣ ਗਏ ਹੈਗੇ ਆ, ਬਸ ਸਾਲ ਭੱਜੇ ਫਿਰਦੇ ਬੱਚਿਆਂ ਦੀ ਕੇਅਰ ਨਹੀਂ ਹੈ। ਹੁਣ ਜਿੱਥੇ ਵੀ ਐਂ ਗੱਲਬਾਤ ਕਰੀਦੀ ਹੈ ਅਤੇ ਉਹਨਾਂ ਨੂੰ ਇਹ ਸਾਰੀ ਚੀਜ਼ ਦਾ ਵੀ ਨਹੀਂ, ਬੱਚੇ ਆਪਣਾ ਸੰਪਤੀ ਹੈਗੀ ਹੈ, ਜੇ ਬੱਚੇ ਸਾਂਭਲੇ ਤਾਂ ਠੀਕ ਹੈ, ਇਹਨਾਂ ਦੇ ਨਾਲ ਜ਼ਰੂਰ ਇਨਵੋਲਵ ਹੋ, ਥੋੜ੍ਹੇ ਹੋ ਬਹੁਤ, ਲੇਕਿਨ ਇਹਨਾਂ ਦੇ ਨਾਲ ਜ਼ਰੂਰ ਇਨਵੋਲਵ ਹੋ। ਅਤੇ ਉਹ ਸਾਰੇ ਬਹੁਤ ਬਹੁਤ ਸਾਰੇ ਹੈ ਜਿਨ੍ਹਾਂ ਦੇ ਨਾਲ ਗੁਰਮੁਖ ਪਿਆਰਿਆਂ ਦੇ ਨਾਲ ਵਾਹ ਵਾਸਤਾ ਪੈਂਦਾ ਹੈ ਜੀ, ਉਹ ਇਹ ਚੀਜ਼ਾਂ ਨੂੰ ਮੰਨ ਕੇ ਇਧਰਲੇ ਪਾਸੇ ਹੋ ਰਹੇ ਹੈ, ਅਤੇ ਜਿਹੜੇ ਉਹ 5-10 ਸਾਲ ਪਹਿਲਾਂ ਕਹਿੰਦੇ ਸੀ ਵਿਹਲੇ ਹੈ, ਹੁਣ ਉਹ ਚੀਜ਼ ਨੂੰ ਮਹਿਸੂਸ ਕਰ ਰਹੇ ਵੀ ਨਹੀਂ, ਹਾਂ ਅਸੀਂ ਸਾਡੇ 'ਚ ਕਿਤੇ ਕਮੀ ਪੇਸ਼ੀ ਸੀਗੀ, ਬੱਚਿਆਂ 'ਚ ਕੋਈ ਕਮੀ ਪੇਸ਼ ਨਹੀਂ ਕਾਫੀ। ਦੂਸਰਾ ਕੀ ਹੈ ਵੀ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਤੋਂ ਝਿਜਕਦੇ ਹਾਂ, ਤੂੰ ਜਿਹੜੀ ਝਿਜਕ ਵੀ ਹੈ ਨਾ ਉਹ ਵੀ ਮਤਲਬ ਮਾਂ ਪਿਓ ਬੱਚਿਆਂ ਨਾਲ ਗੱਲ ਕਰਨ ਲੱਗਾ ਸੰਗਦਾ, ਹਾਂ ਸੰਗਦਾ ਹੈ, ਜਾਂ ਬੱਚੇ ਸੰਗਦੇ ਆ ਮਾਂ ਪਿਓ, ਇਹ ਸੰਗ ਨਹੀਂ ਹੋਣੀ ਚਾਹੀਦੀ। ਨਹੀਂ ਜੀ ਨਹੀਂ, ਮਤਲਬ ਇਹ ਕਹਿ ਲਈਏ ਕਿ ਮਿੱਤਰਤਾ ਹੋਣੀ, ਪਿਓ ਪੁੱਤ ਦੀ ਯਾਰੀ ਹੋਣੀ ਚਾਹੀਦੀ ਆ, ਮਾਂ ਧੀ ਦੀ, ਮਾਂ ਧੀ ਦੀ, ਬਿਲਕੁਲ ਬਿਲਕੁਲ, ਮਤਲਬ ਇੱਕ ਸਾਂਝ ਇਦਾਂ ਦੀ ਹੋਵੇ ਕਿ ਉਹ ਹਰ ਇੱਕ ਗੱਲ ਸ਼ੇਅਰ ਕਰਨ, ਹਾਂਜੀ ਹਾਂਜੀ, ਹਰ ਇੱਕ ਗੱਲ ਖੁੱਲ੍ਹ ਕੇ ਕਰਨ। ਹਾਂ ਹਾਂ, ਉਹ ਹੁਣ ਇੰਨੀ ਉਹ ਕਰ ਕਰਾ ਕੇ ਵੀ ਜਿਵੇਂ ਹੁਣ ਮੇਰੀਆਂ ਦੋਨੇ ਪੋਤੀਆਂ ਹੈ ਨਾ, ਇਹ ਦੋਨਾਂ ਦੇ ਅੱਗੇ ਪੋਤੀ ਹੈ, ਅਤੇ ਉਹ ਜਿਹੜੇ ਉਹ ਬੱਚੀਆਂ ਮੇਰੀ ਵੱਡੀ ਪੋਤੀ ਜਿਹੜੀ ਹੈਗੀ ਆ, ਉਹ ਸਾਰੀਆਂ ਗੱਲਾਂ ਆਪਣੇ ਡੈਡੀ ਦੇ ਨਾਲ ਇੰਨੀ ਫਰੈਂਕ ਆ ਵੀ ਸਾਰੀਆਂ ਗੱਲਾਂ ਵੀ ਜਿਹੜੀਆਂ ਬਹੁਤ ਸਾਰੀਆਂ ਬੱਚੀਆਂ ਆਪਣੀ ਮਦਰ ਦੇ ਨਾਲ ਸਾਂਝੀਆਂ ਕਰਨ ਤੋਂ ਵੀ ਸੰਗਦੀਆਂ, ਉਹ ਆਪਣੇ ਡੈਡੀ ਦੇ ਨਾਲ ਵੀ ਉਹ ਖੁੱਲ੍ਹ ਕੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰ ਲੈਂਦੀ ਹੈ, ਇਸ ਤਰ੍ਹਾਂ ਦਾ ਉਹਨਾਂ ਨੂੰ ਮਾਹੌਲ ਦਿੱਤਾ। ਅਤੇ ਫਿਰ ਜਦੋਂ ਆਪਾਂ ਖੁੱਲ੍ਹ ਕੇ ਜਦੋਂ ਦੋਨੇ ਪਾਸੇ ਤੋਂ ਗੱਲਾਂ ਬਾਤਾਂ ਹੋ ਜਾਣੀਆਂ,
ਅਤੇ ਫਿਰ ਭਟਕਣ ਦੇ ਚਾਂਸਿਸ ਬਹੁਤ ਘੱਟ ਰਹਿੰਦੇ ਹੈਗੇ। ਬਿਲਕੁਲ, ਹਾਂਜੀ, ਇਹ ਚਲੋ ਸਿੱਧੇ ਲਫ਼ਜ਼ਾਂ 'ਚ ਹੈ ਕਿ ਮਾਪੇ ਬੱਚਿਆਂ ਦੇ ਜਿੰਨਾ ਕਲੋਜ਼ ਹੋਣਗੇ, ਨੇੜੇ ਹੋਣਗੇ, ਨੇੜੇ ਹੋਣਗੇ ਹਰ ਇੱਕ ਗੱਲ 'ਚ, ਹਾਂਜੀ, ਮੰਨ ਲਓ ਚਾਹੇ ਉਹ ਰਹਿਣ ਸਹਿਣ ਦੀ ਗੱਲ, ਰਹਿਣ ਸਹਿਣ, ਚਾਹੇ ਕੋਈ ਆਪਾਂ ਇਹ ਕਹਿ ਲਈਏ ਕਿ ਆਪਣੇ ਸੱਭਿਆਚਾਰ ਦੀ, ਸੱਭਿਆਚਾਰ ਦੀ, ਹਾਂਜੀ, ਪਰਿਵਾਰਾਂ ਦਾ ਮਾਹੌਲ ਆ, ਹਾਂਜੀ, ਬੱਚੇ ਦੀ ਪੜ੍ਹਾਈ ਦਾ ਮਾਹੌਲ ਆ, ਹਾਂਜੀ, ਕਿਸੇ ਵੀ ਪੱਖ ਤੋਂ ਲਾ ਲਓ, ਜਿੰਨਾ ਨੇੜੇ ਰਹਿਣਗੇ, ਹਾਂਜੀ, ਓਨਾ ਹੀ ਬੱਚੇ ਉਹਨਾਂ ਦੇ ਨਾਲ, ਓਨਾ ਹੀ ਆਪਣਾ ਪ੍ਰਭਾਵ, ਮਤਲਬ ਇਹ ਸਾਰੀ ਚੀਜ਼ ਦਾ ਜ਼ਿਆਦਾ। ਕਈ ਵਾਰੀ ਆਪਾਂ ਦੇਖੀਦਾ ਨਾ, ਆਮ ਤੌਰ 'ਤੇ ਮੰਨ ਲਓ ਕਈ ਪਿਓ ਜਾਂ ਕਈ ਮਾਪਿਆਂ ਦਾ ਇੱਦਾਂ ਦਾ ਸੁਭਾਅ ਹੁੰਦਾ, ਉਹ ਹਮੇਸ਼ਾ ਹੀ ਆਪਦੇ ਜਵਾਕਾਂ ਨੂੰ ਡਰਾ ਕੇ ਰੱਖਦੇ ਆ, ਹਾਂਜੀ, ਹਾਂਜੀ, ਕਿਤੇ ਨਾ ਕਿਤੇ ਜਿਹੜਾ ਉਹ ਬਾਹਲਾ ਡਰਾਉਣਾ, ਬਾਹਲਾ ਝਿੜਕਣਾ, ਹਾਂਜੀ, ਗੱਲ ਗੱਲ 'ਤੇ ਘੂਰੀ ਜਾਣਾ, ਇਹ ਵੀ ਨੁਕਸਾਨ ਕਰਦਾ। ਨਹੀਂ, ਇਹ ਤਾਂ ਬਹੁਤ ਨੁਕਸਾਨਦਾਰ ਜੀ, ਹੈ ਕਿ ਨਹੀਂ? ਆਪਾਂ ਨੂੰ ਬੱਚਿਆਂ ਦੇ ਨਾਲ, ਵੈਸੇ ਵੀ ਆਪਾਂ ਨੂੰ ਗੁਰਬਾਣੀ ਜਨ ਪ੍ਰੇਮ ਕਿਉਂ ਤੇ ਨਹੀਂ ਪ੍ਰਭ ਪਾਇਓ, ਹੈ ਕਿ ਨਹੀਂ? ਜਿਹੜੀ ਪ੍ਰੇਮ, ਚਲੋ ਝਿੜਕ ਜਿਹੜੀ ਹੁੰਦੀ ਹੈਗੀ ਆ ਉਹ ਆਪਦੇ ਥਾਂ 'ਤੇ ਠੀਕ ਹੈ, ਲੇਕਿਨ ਉਹ ਮਤਲਬ ਇੱਕ ਜਿਹੜੀ ਝਿੜਕ ਦੇ ਵਿੱਚ ਵੀ ਪਿਆਰ ਹੋਵੇ ਨਾ, ਪਿਆਰ ਹੋਵੇ, ਮਤਲਬ ਉਹਦੇ ਭਲੇ ਵਾਲੀ ਝਿੜਕ, ਹਾਂ, ਭਲੇ ਵਾਲੀ, ਹਾਂ, ਪਿਆਰ ਹੋਵੇ, ਜਿਵੇਂ ਮਾਂ ਦਾ ਥੱਪੜ ਵੀ ਭਲਾ ਕਰਦਾ, ਇੱਕ ਭਲੇ ਵਾਲਾ ਹੋਵੇ ਨਾ, ਕਿਤੇ ਇਹ ਨਾ ਹੋਵੇ ਕਿ ਉਹ ਝਿੜਕ ਹੀ ਜ਼ਿਆਦਾ, ਮਤਲਬ ਭਲੇ ਤੋਂ ਨੁਕਸਾਨਦਾਇਕ, ਨੁਕਸਾਨਦਾਇਕ, ਮੁੜ ਕੇ ਕਿ ਜਦੋਂ ਆਪਾਂ ਜ਼ਿਆਦਾ ਝਿੜਕਾਂਗੇ, ਜ਼ਿਆਦਾ ਡਰਾਵਾਂਗੇ, ਅਤੇ ਬੱਚੇ ਨੇ ਆਪਣੇ ਜਿਹੜੀਆਂ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਨਹੀਂ ਕਰਨੀਆਂ, ਜਦੋਂ ਦਿਲ ਦੀਆਂ ਗੱਲਾਂ ਨਹੀਂ ਸਾਂਝੀਆਂ ਕਰੂਗਾ ਤਾਂ ਫਿਰ ਉਹ ਥੋੜ੍ਹਾ ਗੈਪ ਵੱਧਦਾ ਰਹੂਗਾ, ਉਹ ਹੀ ਉਹਦਾ ਬੁਰਾਈਆਂ ਦੇ ਵਿੱਚ ਜਾਣ। ਪਰ ਮੈਂ ਵੀ ਸੋਚਦਾ ਜੇਕਰ ਮੰਨ ਲਓ ਪਿਆਰ ਹੀ ਆਪਸ 'ਚ ਇੰਨਾ ਹੋਵੇ, ਗੱਲਬਾਤ ਖੁੱਲ੍ਹੀ ਆਪਸ ਦੇ ਵਿੱਚ ਇੰਨੀ ਹੋਵੇ, ਅਤੇ ਮੈਨੂੰ ਲੱਗਦਾ ਕਿ ਬੱਚਾ ਮਾਪਿਆਂ ਤੋਂ ਜਾਂ ਕੋਈ ਗਲਤ ਪਾਸੇ ਨੂੰ ਜਾਂ ਜਾਂਦਾ ਹੋ। ਮੈਂ ਕਹਿੰਦਾ ਵੀ ਹਾਂ ਵੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੈਗੇ ਆ, ਵੀ ਜੇ ਆਪਾਂ ਐਂ ਕਰੀਏ, ਖੁੱਲ੍ਹੀ ਗੱਲਬਾਤ ਹੈ ਤਾਂ ਕੋਈ 1-2% ਇਸ ਤਰ੍ਹਾਂ ਦੇ ਚਾਂਸ ਤਾਂ ਰੇਅਰ ਹੁੰਦੇ ਆ, ਉਹਨਾਂ ਨੂੰ ਤਾਂ ਕੋਈ ਨਹੀਂ, ਲੇਕਿਨ ਜ਼ਿਆਦਾਤਰ ਇਹ ਬਿਲਕੁਲ ਹੈ, ਉਹ ਬੱਚਿਆਂ ਦੇ ਭਟਕਣ ਦੇ ਚਾਂਸਿਸ ਬਹੁਤ ਘੱਟ ਹੈ, ਕਿਉਂਕਿ ਐ ਨਾ ਉਹਨੂੰ ਜਿਹੜੀ ਚੀਜ਼ ਦੀ ਲੋੜ ਆ ਮਿਲ ਰਹੀ ਆ, ਮਿਲ ਰਹੀ ਆ, ਬਿਲਕੁਲ, ਹਾਂਜੀ, ਹਾਂਜੀ, ਜੇ ਜੇ ਉਹੀ ਉਹਦਾ ਘਰੋਂ ਪਿਆਰ ਨਾ ਮਿਲਿਆ, ਘਰੋਂ ਚੰਗੀ ਗੱਲਬਾਤ ਉਹਨੇ ਨਹੀਂ ਕੀਤੀ, ਹੈ ਨਾ, ਜਾਂ ਧੀ ਨੇ ਮਾਂ ਨਾਲ ਨਹੀਂ ਕੀਤੀ, ਪੁੱਤ ਨੇ ਪਿਓ ਨਾਲ ਨਹੀਂ ਕੀਤੀ, ਜਾਂ ਮਾਂ ਪੁੱਤ ਦੀ ਜਾਂ ਮਾਂ ਧੀ ਪਿਓ ਦੀ ਨਾ ਹੋਈ, ਹੈ ਨਾ, ਹਾਂਜੀ, ਹਾਂਜੀ, ਉਹ ਕਿਤੇ ਨਾ ਕਿਤੇ ਤਾਂ ਉਹਨੇ ਗੱਲ ਕਰਨੀ ਆ, ਕਰਨੀ ਆ, ਉਹ ਆਪਦੇ ਫਰੈਂਡ ਸਰਕਲ 'ਚ ਬਾਹਰ ਜਾ ਕੇ ਗੱਲ ਕਰੂਗਾ, ਤੇ ਜੇਕਰ ਬਾਹਰ ਉਹਨੂੰ ਮਾੜਾ ਮਿਲ ਗਿਆ, ਮਾੜਾ ਮਿਲ ਗਿਆ, ਉਹਨੇ ਮਾੜੇ ਰਾਹ ਤੇ ਤੁਰਦੇ ਨਾ, ਜੇ ਚੰਗਾ ਮਿਲ ਗਿਆ ਚਲੋ ਚੰਗੇ ਤੇ, ਚੰਗੇ ਤੇ ਮਿਲ ਜਾਣਾ, ਹੈ ਕਿ ਨਹੀਂ? ਜ਼ਿਆਦਾਤਰ ਅੱਜ ਦੇ ਹਾਲਾਤ ਤਾਂ ਸਾਡੇ ਮੇਰੇ ਹਿਸਾਬ ਨਾਲ ਇਦਾਂ ਦੇ ਮਾੜਿਆਂ ਨਾਲ ਵਾਲੇ, ਮਾੜਿਆਂ ਦੇ ਨਾਲ ਪੈਂਦਾ ਹੈਗਾ, ਉਹ ਚੰਗੇ ਜਿਹੜੇ ਹੈ ਉਹ ਘੱਟ ਹੈਗੇ ਹੈ, ਤੇ ਉਹ ਜਦੋਂ ਆਪਾਂ ਐਂ ਕਰਦੇ ਹੈਗੇ ਹਾਂ ਤੇ ਫਿਰ ਇਹ ਸਾਰੀ ਚੀਜ਼ ਦਾ, ਹੁਣ ਫਿਰ ਉਵੇਂ ਦੱਸੀਏ ਵੀ ਮੇਰੇ ਤਾਂ ਦੋਨੇ ਲੜਕੇ ਹੀ ਸੀਗੇ, ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ, ਅਤੇ ਇਹ ਮੇਰੀ ਸਿੰਗਣੀ ਦਾ ਉਹ ਲੜਕਿਆਂ ਅਤੇ ਆਪਦੀਆਂ ਲੜਕੀਆਂ ਨੂੰ ਜ਼ਿਆਦਾ, ਮਤਲਬ ਜਿਵੇਂ ਲੜਕੀਆਂ 'ਤੇ ਆਪਾਂ ਨਿਗਾਹ ਰੱਖਦੇ ਨਾ, ਆਏ ਉਹਨੇ ਨਿਗਾਹ ਰੱਖਦੇ ਕਰ ਕਰਾ ਕੇ, ਫਿਰ ਉਹਨਾਂ ਦਾ ਜਦੋਂ NCC ਗਏ 26 ਜਨਵਰੀ ਨੂੰ ਹੈ, ਅਤੇ ਉਹ NCC ਦੇ ਵਿੱਚ ਕਾਫੀ ਲੜਕੀਆਂ ਵੀ ਸੀ, ਅਤੇ ਉਹਨਾਂ ਦਾ ਜਿਹੜਾ ਹੈ ਮੇਲ ਮਿਲਾਪ ਲੜਕੀਆਂ ਦੇ ਨਾਲ ਵੀ ਕਾਲਜ ਦੇ ਵਿੱਚ ਹੋਇਆ, ਅਤੇ ਜਦੋਂ ਉਹਨਾਂ ਦਾ ਵੇਖਿਆ ਵੀ ਫਰੈਂਡ ਸਰਕਲ ਲੜਕੀਆਂ ਦੇ ਨਾਲ ਵੀ ਹੈ ਕਿ ਨਹੀਂ, ਅਤੇ ਫਿਰ ਆਪਾਂ ਉਸ ਨਿਗਾਹ ਦੇ ਨਾਲ ਵੇਖਣਾ ਵੀ ਥੋੜ੍ਹਾ ਹੋ ਜਾਂਦਾ, ਆਪਾਂ ਨੂੰ ਬਾਅਦ 'ਚ ਵੀ ਰੱਖਣਾ ਪੈਂਦਾ ਵੀ ਇਹਨਾਂ ਦਾ ਫਰੈਂਡਸ਼ਿਪ ਦੇ ਕੀ ਅੰਦਰੂਨੀ ਹੈ ਕਰ ਕਰਾ ਕੇ, ਫਿਰ ਉਹਨਾਂ ਨੇ ਜਿਵੇਂ ਆਪਣੇ ਬੱਚਿਆਂ ਨੇ ਉਹਨਾਂ ਨੇ ਆਪਦੇ ਜਨਮ ਦਿਨ ਵਗੈਰਾ ਮਨਾਉਣੇ, ਅਤੇ ਅਸੀਂ ਵੀ ਹੁਣ ਵੀ ਇਹ ਹੁਣ ਬੱਚਿਆਂ ਨੂੰ ਜਿਹੜੇ ਬੱਚੀਆਂ ਬਾਹਰ ਦੂਸਰੀਆਂ ਵੀ ਆ ਰਹੀਆਂ ਕਿ ਇਹਨਾਂ ਦੇ ਪੇਰੈਂਟ ਨੂੰ ਪਤਾ ਹੈ ਵੀ ਕਿੱਥੇ ਜਾਂਦੀਆਂ ਕੀ ਹੈ ਕਰਕੇ, ਅਸੀਂ ਆਪਦੇ ਬੱਚਿਆਂ ਨੂੰ ਕਿਹਾ ਵੀ ਜਿਵੇਂ ਤੁਸੀਂ ਮਨਾਉਂਦੇ ਹਨ ਤਾਂ ਸਾਡੇ ਪੇਰੈਂਟਾਂ ਦਾ ਵੀ ਗੈਟ ਟੂਗੈਦਰ ਰੱਖੋ, ਉਹ ਫਿਰ ਜਦੋਂ ਸਾਰੇ ਪੇਰੈਂਟਾਂ ਦਾ ਵੀ ਗੈਟ ਟੂਗੈਦਰ ਹੋਇਆ, ਫਿਰ ਉਹ ਆਪਸ 'ਚ ਗੱਲਬਾਤ ਕੀਤੀ, ਅਤੇ ਉਹ ਸਾਰੇ ਪੇਰੈਂਟ ਦੇ ਸਰਕਲ 'ਚੋਂ ਇਹ ਚੀਜ਼ ਨਿਖਰ ਕੇ ਆਈ ਵੀ ਸਾਡਾ ਬੱਚਾ ਜਿੱਥੇ ਜਾਂਦਾ ਕਿੱਥੇ ਜਾਂਦਾ ਉਹਨੂੰ ਸਾਰੀ ਚੀਜ਼ ਦੀ ਨੌਲੇਜ ਹੈ, ਅਤੇ ਅਸੀਂ ਸਾਰੀ ਚੀਜ਼ ਦਾ ਮਤਲਬ ਨਾ ਸੁਰਖਰੂ ਹੋ ਗਏ ਵੀ ਇਹਨਾਂ ਦਾ ਜਿਹੜਾ ਫਰੈਂਡ ਸਰਕਲ ਹੈ ਬੜਾ ਪੋਜ਼ਿਟਿਵ ਹੈ, ਕੋਈ ਕਿਸੇ ਤੋਂ ਛੁਪਾ ਕੇ ਕੋਈ ਕੰਮ ਨਹੀਂ ਕਰ ਰਿਹਾ ਹੈਗਾ, ਅਤੇ ਇਸ ਤਰ੍ਹਾਂ ਦੇ ਨਾ ਸਾਰੀਆਂ ਚੀਜ਼ਾਂ ਆਪਾਂ ਨੂੰ ਉਹ ਬੱਚਿਆਂ ਨੂੰ ਵੀ ਇਹ ਸਾਰੀ ਚੀਜ਼ ਦਾ ਉਹ, ਹਾਂ, ਜਿੱਦਾਂ ਤੁਸੀਂ ਆਹ ਗੱਲ ਕੀਤੀ ਹੁਣ ਫਰੈਂਡ ਸਰਕਲ ਵਾਲੀ ਗੱਲ ਕੀਤੀ, ਮੰਨ ਲਓ
ਕਈ ਥਾਵਾਂ ਤੇ ਬਹੁਤ ਪੋਜ਼ਿਟਿਵ ਆ। ਹਾਂਜੀ ਹਾਂ, ਜਿੱਦਾਂ ਤੁਸੀਂ ਦੱਸ ਰਹੇ ਹੋ। ਹਾਂਜੀ ਬਿਲਕੁਲ, ਕਈ ਥਾਵਾਂ ਤੇ ਚਲੋ ਨੈਗੇਟਿਵ ਹੁੰਦਾ ਹਨਾ, ਕਈ ਮਾਪੇ ਪੋਜ਼ਿਟਿਵ ਨੂੰ ਵੀ ਨੈਗੇਟਿਵ ਕਰ ਦਿੰਦੇ ਆ। ਮੰਨ ਲਓ ਕਈ ਮਾਪੇ ਜਿਹੜੀ ਪੋਜ਼ਿਟਿਵ, ਚਲੋ ਪੋਜ਼ਿਟਿਵ ਇੱਕ ਚੰਗਾ ਸਰਕਲ ਆ, ਉਹ ਕਈ ਭੁਲੇਖਿਆਂ ਦੇ ਵਿੱਚ ਹੀ ਉਹਨੂੰ ਮੰਨ ਲਓ ਹੋਰ ਹੀ ਪਾਸੇ ਲੈ ਗਏ, ਤੇ ਜਾਂ ਲੜਾਈ ਝਗੜਾ ਘਰੇ ਕਲੇਸ਼, ਤੂੰ ਇਹ ਕੀਤਾ, ਤੂੰ, ਮੰਨ ਲਓ ਇਹ ਵੀ ਗਲਤ ਹੋ ਜਾਂਦਾ ਫਿਰ। ਨਹੀਂ ਮਤਲਬ ਮੇਰੀ ਵੀ ਜਿਵੇਂ ਹੁਣ ਮੈਂ ਦੱਸਦਾ, ਸ਼ੁਰੂਆਤ ਤਾਂ ਸਾਡੀ ਵੀ ਐਵੇਂ ਹੀ ਹੋਈ ਸੀ ਵੀ ਇਹ ਲੜਕੀਆਂ ਲੁੜਕੀਆਂ ਆਉਂਦੀਆਂ ਕਾਲਜ 'ਚ, ਉਹ ਘਰੇ ਸਾਡੇ ਕਾਲਜ ਨੇੜੇ ਸੀਗਾ, ਹੈ ਇੱਥੇ ਸਾਰੇ ਆਊ ਜਾਣਾ, ਅਤੇ ਸ਼ੁਰੂਆਤ ਤਾਂ ਇਹੀ ਸੀਗੀ, ਸ਼ੱਕ ਦੀ ਨਿਗਾਹ ਹੀ ਸੀਗੀ। ਲੇਕਿਨ ਇਹ ਸ਼ੱਕ ਨੂੰ ਕਲੈਰੀਫਾਈ ਕਿਵੇਂ ਕੀਤਾ ਜਾਵੇ, ਉਹ ਢੰਗ ਲੱਭਣਾ ਜ਼ਰੂਰੀ ਹੈ। ਸ਼ੱਕ ਲੈ ਕੇ ਤੁਰੇ ਫਿਰੀਏ, ਚਾਹੇ ਬੱਚਿਆਂ ਨੂੰ ਡਾਇਰੈਕਟ ਇਸ ਤਰ੍ਹਾਂ ਦੀ ਗੱਲਬਾਤ ਕਹੀਏ, ਉਹ ਕਿਤੇ ਕਿਤੇ ਹਰਟ ਵੀ ਕਰਦੀ ਹੈਗੀ ਹੈ। ਅਤੇ ਉਹ ਵੇਖੋ ਜਿਹੜਾ ਦੂਸਰੇ ਢੰਗ ਤਰੀਕੇ ਨਾਲ ਸਾਰਾ ਮਤਲਬ ਇਹ ਸਾਰੀ ਚੀਜ਼ ਦਾ ਵੀ ਫਰੈਂਡ ਪੇਰੈਂਟ ਨੂੰ ਵੀ ਪਤਾ ਹੋਣਾ ਚਾਹੀਦਾ, ਸਾਡਾ ਵੀ ਤੁਸੀਂ ਗੈਟ ਟੂਗੈਦਰ ਕਰੋ। ਉਹ ਹੁਣ ਉਦੋਂ ਦਾ ਪਿਆਰ ਇੰਨਾ ਬਣਿਆ, ਹੁਣ ਕਿੱਥੇ ਵੀ MP ਕਿੱਥੇ ਦੂਰ ਦੂਰ ਹੈਗੇ ਆ, ਅਤੇ ਉਹਨਾਂ ਦੇ ਕੋਈ ਵੀ ਇਸ ਤਰ੍ਹਾਂ ਦੇ ਫੰਕਸ਼ਨ ਹੁੰਦੇ ਆ, ਉਹ ਬੁਲਾਉਂਦੇ ਆ, ਜਦੋਂ ਟਾਈਮ ਲੱਗਦਾ ਉਹ ਜਾਂਦੇ ਹੈ, ਜਾਂ ਉਹ ਇੱਥੇ ਵੀ ਮੈਚ ਆਉਂਦੇ ਹੈ। ਇਹ ਬਹੁਤ ਜ਼ਰੂਰੀ ਹੈ ਬੱਚਿਆਂ ਦਾ, ਪੇਰੈਂਟ ਦਾ, ਇੱਦਾਂ ਦਾ, ਸਾਰਿਆਂ ਦਾ ਆਪਸ ਦੇ ਵਿੱਚ ਜਿਹੜਾ। ਮੰਨ ਲਓ ਤੁਹਾਡੇ ਮੁਤਾਬਕ ਆ ਕਿ ਪਰਿਵਾਰ ਦਾ ਮਾਹੌਲ ਅਤੇ ਬੱਚਿਆਂ ਦਾ ਬਾਹਰ ਦਾ ਮਾਹੌਲ ਦੋਨੇ ਪੋਜ਼ਿਟਿਵ ਹੋਣੇ ਚਾਹੀਦੇ, ਦੋਨੇ ਪੋਜ਼ਿਟਿਵ ਹੋਣੇ ਚਾਹੀਦੇ, ਦੋਨੇ ਵਧੀਆ ਹੋਣੇ ਚਾਹੀਦੇ। ਅਤੇ ਉਹ ਜਦੋਂ ਇੱਕ ਦੂਸਰੇ ਦੀ ਸ਼ਿਕਾਇਤ ਵੀ ਐਵੇਂ ਆ ਕਰ ਦਿੰਦੇ ਪੇਰੈਂਟ ਟਾਈਮ 'ਤੇ, ਵੀ ਯਾਰ ਵੀ ਹੈ ਨਾ ਸਾਡਾ ਬੱਚਾ ਮੰਨਦਾ ਨਹੀਂ, ਜਾਂ ਐਂ ਇਹ ਮੰਨਦੀ ਨਹੀਂ ਹੈ ਨਾ ਕਰਕੇ, ਜੇ ਤੁਸੀਂ ਬੋਲੋ। ਹੁਣ ਵੀ ਆ ਜਾਂਦਾ ਇੱਥੇ ਵੀ ਜਦੋਂ ਹੁਣ ਕੰਮ, ਬਾਬਾ ਜੀ ਜਾਂ ਅੰਕਲ ਜੀ ਤੁਸੀਂ ਕਹੋ ਸਾਡੇ ਤਾਂ ਮੰਨਦਾ, ਫਿਰ ਉਹ ਬੱਚੇ ਨੂੰ ਪਿਆਰ ਦੇ ਨਾਲ ਕਹੀਦਾ, ਅਤੇ ਫਿਰ ਉਹਨਾਂ ਨੂੰ ਪੁੱਛੀਦਾ, ਹੁਣ ਤਾਂ ਨਹੀਂ ਬਾਬਾ ਜੀ ਹੁਣ ਨਹੀਂ ਸੁਧ ਰਿਹਾ। ਇਹ ਚੀਜ਼ਾਂ ਬਹੁਤ ਮਤਲਬ ਇਹ ਜ਼ਰੂਰੀ ਹੈ, ਇੱਕ ਦੂਸਰੇ ਜਿਹੜਾ ਵਿਸ਼ਵਾਸ ਹੈ। ਜਿੱਦਾਂ ਬੱਚੇ ਵੀ ਤੁਹਾਡੇ ਨਾਲ, ਜਿਵੇਂ ਤੁਸੀਂ ਸਕੂਲਾਂ ਦੇ ਵਿੱਚ ਜਾਂਦੇ ਹੋ, ਬੱਚਿਆਂ ਦੀਆਂ ਕਲਾਸਾਂ ਲਾਉਂਦੇ ਹੋ, ਬੱਚੇ ਵੀ ਤੁਹਾਡੇ ਨਾਲ ਬਹੁਤ ਪਿਆਰ ਕਰਦੇ? ਬਹੁਤ ਪਿਆਰ ਕਰਦੇ, ਮਤਲਬ ਇੰਨਾ ਮਨ ਨੂੰ ਉਹ ਹੁੰਦਾ ਨਾ ਵੀ ਅਸੀਂ ਸਾਡੇ 'ਚ ਹੀ ਕਮੀ ਪੇਸ਼ੀ ਹੈ, ਅਸੀਂ ਬੱਚਿਆਂ ਦੇ ਨਾਲ ਉਵੇਂ ਰਾਬਤਾ ਨਹੀਂ ਕਰ ਪੈ ਰਹੇ, ਐਵੇਂ ਕਹੀ ਜਾਂਦੇ ਪ੍ਰਚਾਰ ਨਹੀਂ ਜਾਂ ਕੁਛ ਨਹੀਂ। ਬੱਚਿਆਂ ਨੂੰ ਤਾਂ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈਗਾ ਰਿਸਪੋਂਸ, ਬੱਚੇ ਤੱਕ ਇਹੋ ਜਿਹੀ ਟਾਹਣੀ ਉਹਨੂੰ ਜਿੱਧਰ ਨੂੰ ਮੋੜ ਲਾਂਗੇ, ਹਾਂਜੀ ਹਾਂਜੀ ਉੱਧਰ ਨੂੰ ਮੁੜ ਜਾਣਾ। ਹਾਂਜੀ ਹਾਂਜੀ, ਅਤੇ ਆਪਣਾ ਜਿਹੜਾ ਮਤਲਬ ਕਿ ਇਹ ਪਾਰਟ ਤਾਂ ਆਪਾਂ ਗੱਲ ਕਰ ਲਈ ਆ, ਜਿਹੜੀ ਮਾਪਿਆਂ ਦੇ ਫਰਜ਼ ਹੈ ਨਾ, ਮਤਲਬ ਹੋਣੇ ਚਾਹੀਦੇ। ਇੱਕ ਇਹ ਦੂਸਰੇ ਪਾਸੇ ਜੇ ਥੋੜ੍ਹਾ ਜਿਹਾ ਹੋਰ ਧਿਆਨ ਮਾਰੀਏ ਕਿ ਕਈ ਥਾਵਾਂ 'ਤੇ ਇੱਦਾਂ ਦੇ ਜਿਹੜੇ ਬਜ਼ੁਰਗ ਬਾਪੂ ਨੇ ਜਾਂ ਬਜ਼ੁਰਗ ਮਾਤਾਵਾਂ ਨੇ, ਉਹਨਾਂ ਦੇ ਬੱਚੇ ਮਾਪਿਆਂ ਦੀ ਸਾਂਭ ਸੰਭਾਲ ਨਹੀਂ ਕਰਦੇ। ਵੀ ਕਹਿ ਲਈਏ ਕਿ ਜਿਹੜੀਆਂ ਮਾਵਾਂ ਨੇ ਸਾਰੀ ਜ਼ਿੰਦਗੀ ਬੱਚਿਆਂ ਨੂੰ ਪਾਲਿਆ, ਉਹਨਾਂ ਦੀਆਂ ਰੀਝਾਂ ਪੂਰੀਆਂ ਕੀਤੀਆਂ, ਜਿਹੜੇ ਬਾਪ ਨੇ ਸਾਰੀ ਜ਼ਿੰਦਗੀ ਮਿਹਨਤ ਕਰਕੇ ਆਪਣੇ ਧੀਆਂ ਪੁੱਤਰਾਂ ਲਈ ਬਥੇਰਾ ਕੁਛ ਕੀਤਾ, ਉਹਨਾਂ ਦਾ ਹਰ ਇੱਕ ਜੋ ਉਹਨਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ। ਕਈ ਵਾਰੀ ਅੱਜ ਸਾਡੇ ਸਮਾਜ ਦੇ ਹਾਲਾਤ ਇੱਦਾਂ ਦੇ ਵੀ ਬਣ ਗਏ ਆ ਕਿ ਮਾਪੇ ਅੱਜ ਰੁਲਦੇ ਪਏ ਆ। ਹਾਂਜੀ ਬਹੁਤ ਹੈ, ਬਹੁਤੇ ਮਾਪੇ ਰੁਲਦੇ ਪਏ ਆ, ਜਾਂ ਬਹੁਤੇ ਮਾਪਿਆਂ ਨੂੰ ਕਹਿ ਲਓ ਕਿ ਜੋ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਉਹਨਾਂ ਦੀਆਂ ਲੋੜਾਂ, ਦਵਾਈ ਬੂਟੀ, ਰੋਟੀ ਪਾਣੀ, ਜਾਂ ਉਹਨਾਂ ਦੇ ਲੀੜੇ ਕੱਪੜੇ, ਜਾਂ ਉਹ ਵੀ ਨਹੀਂ ਪੂਰੀਆਂ ਹੁੰਦੀਆਂ। ਉਹ ਫਿਰ ਗੱਲ ਉੱਥੇ ਹੀ ਆ ਗਈ ਮੋੜ ਕੋੜ ਕੇ। ਹੁਣ ਐਂ ਹੈਗਾ ਵੀ ਜਿਵੇਂ ਹੈਗੇ ਆਪਾਂ ਵੀ ਹੈ, ਉਹਦੇ ਵਿੱਚ ਵੀ ਨਾ ਮੈਂ ਹੁਣੇ ਦੱਸਿਆ ਵੀ ਬੱਚੇ ਤੁਸੀਂ ਕੀ ਕਹਿੰਦੇ ਉਹਦਾ ਮਹਿਸੂਸ ਕਰਨੇ, ਤੁਸੀਂ ਕੀ ਕਰਦੇ ਉਹਦੇ। ਹੁਣ ਮੈਂ ਆਪਣੇ ਮਾਂ ਪਿਓ ਨੂੰ ਕਿਵੇਂ ਸਮਝਦਾ, ਸਾਰੀ ਚੀਜ਼ ਬੱਚੇ ਵੇਖਦੇ ਆ। ਮਾਪਿਆਂ, ਤੁਸੀਂ ਆਪਦੇ ਮਾਂ ਪਿਓ ਨੂੰ ਕਿਵੇਂ ਸਾਂਭਿਆ? ਹਾਂ, ਉਹ ਬੱਚੇ ਵੇਖਦੇ ਆ, ਔਰ ਉਸੇ ਚੀਜ਼ ਦਾ ਪ੍ਰਭਾਵ ਪੈਂਦਾ ਹੈ। ਮੈਨੂੰ ਆਪਣੇ ਮਾਂ ਬਾਪ ਨੂੰ ਅੱਜ ਐਂ ਕਰਨਾ ਮੰਨ ਕੇ ਮੈਨੂੰ ਸਾਂਭਣਾ ਚਾਹੀਦਾ ਹੈ ਵੀ ਮੇਰੀ ਇਹ ਜ਼ਿੰਮੇਵਾਰੀ, ਮੈਂ ਆਪਣੇ ਮਾਂ ਬਾਪ ਦੀ ਸੇਵਾ ਕਰਨੀ ਹੈ। ਬੱਚੇ ਮੇਰੀ ਸੇਵਾ ਕਰਨ ਜਾਂ ਨਾ ਕਰਨ ਮੈਨੂੰ ਉਹਦਾ ਕੋਈ ਮਤਲਬ ਨਹੀਂ, ਕੋਈ ਉਹਦਾ ਮੈਂ ਮਤਲਬ ਵੀ ਐਂ ਬੱਚਿਆਂ ਨੂੰ ਵਿਖਾਉਣ ਵਾਸਤੇ, ਇਹਨਾਂ ਨੂੰ ਮੋਟੀਵੇਟ ਕਰਨ ਵਾਸਤੇ ਮੈਂ ਮਾਂ ਬਾਪ ਦੀ ਸੇਵਾ ਨਹੀਂ ਕਰ ਰਿਹਾ। ਮਾਂ ਦਾ ਪੁੱਤ ਬਣ ਕੇ ਸੇਵਾ ਕਰਨੀ, ਹਾਂ ਮਾਂ ਦਾ ਪੁੱਤ ਬਣ ਕੇ ਸੇਵਾ ਕਰਨੀ ਹੈ। ਜਦੋਂ ਤੁਸੀਂ ਐਂ ਵਿਚਰੋਗੇ ਤਾਂ ਇਹ ਕੁਦਰਤ ਦਾ ਨਿਯਮ ਹੈ, ਉਹ ਜਿਹੜਾ ਪ੍ਰਭਾਵ ਆ ਨਾ ਪਊਗਾ।
ਤੁਹਾਨੂੰ ਉਹਨਾਂ ਤੋਂ ਉਮੀਦ ਕਰਨ ਦੀ ਲੋੜ ਨਹੀਂ, ਉਹ ਬੱਚੇ ਤੁਹਾਡੇ ਨਾਲ ਉਵੇਂ ਪਿਆਰ ਕਰਨਗੇ ਜਿਵੇਂ ਤੁਸੀਂ ਆਪਣੇ ਮਾਂ ਬਾਪ ਨਾਲ ਕੀਤਾ। ਸੌਖੇ ਜਿਹੇ ਲਫ਼ਜ਼ਾਂ 'ਚ ਨਿਬੇੜਤਾ, ਮਤਲਬ ਤੁਸੀਂ ਕੀ ਕੀਤਾ ਉਹੀ ਤੁਹਾਡੇ ਨਾਲ। ਹਾਂਜੀ ਉਹੀ ਸਾਡੇ ਨਾਲ, ਮਤਲਬ ਜਾਂ ਗੁਰਬਾਣੀ ਦਾ ਸ਼ਬਦ ਆਉਂਦਾ ਨਾ, ਜੈਸਾ ਬੀਜੈ ਹਾਂ ਸੋ ਲਾਉਣੇ, ਕਰਮਾ ਸਮਝ ਰੱਖੇ। ਮਤਲਬ ਜੇ ਜ਼ਿਆਦਾਤਰ ਇਹ ਹੈਗਾ, ਇਹੋ ਜਿਹਾ ਵੀ ਸੱਚਾਈ ਹੈ, ਨਹੀਂ ਹੈ ਵੀ ਕਲੀਅਰ। ਹਾਂਜੀ ਇੱਕ ਸੱਚਾਈ ਹੈ, ਹਾਂ ਸੱਚਾਈ ਆ ਕਿ ਮੰਨ ਲਓ ਜਿਹੋ ਜਿਹਾ ਜੇ ਆਪਾਂ ਆਪਣੇ ਮਾਂ ਪਿਓ ਦੀ ਚੰਗੀ ਸੇਵਾ ਕੀਤੀ ਤਾਂ ਸਾਡੇ ਧੀਆਂ ਪੁੱਤਰਾਂ ਨੇ ਆਪੇ ਕਰ ਲੈਣੀ, ਆਪੇ ਕਰਨੀਆਂ ਜੀ, ਆਪੇ ਕਰਨੀਆਂ। ਅਤੇ ਉਹਦੇ ਵਿੱਚ ਜਦੋਂ ਵੀ ਕੋਈ ਆਪਣੇ 'ਚ ਆ ਜਾਂਦੀ ਕਮੀ ਪੇਸ਼ੀ ਆ ਜਾਂਦੀ ਹੈ ਜਾਂ ਕੁਛ ਗੱਲਬਾਤ ਹੋ ਜਾਂਦੀ ਹੈਗੀ ਆ, ਅਤੇ ਸਾਨੂੰ ਸਾਡੇ 'ਚ ਤਾਂ ਸਵੈ ਪੜਚੋਲ ਦੀ ਥੋੜ੍ਹੀ ਜਿਹੀ ਇਹ ਥੋੜ੍ਹੀ ਘੱਟ ਗਈ, ਅਸੀਂ ਜੋ ਵੀ ਆਪਣੀ ਕਮੀ ਪੇਸ਼ੀ ਜੀ ਹੈਗੀ ਆ ਦੂਸਰੇ 'ਤੇ ਸਿੱਟ ਦਿੰਦੇ ਹਾਂ। ਆਪਦੇ ਆਪ ਨੂੰ ਅੰਦਰੋਂ ਨਹੀਂ, ਹਾਂ ਬਈ ਮੈਂ ਠੀਕ ਹਾਂ, ਦੂਸਰਾ ਗੱਲ ਆਪਦੇ ਆਪ ਨੂੰ ਧੱਕੇ ਨਾਲ ਹੀ ਠੀਕ ਕਰਦੇ ਹਾਂ, ਧੱਕੇ ਨਾਲ ਠੀਕ ਕਰਦੇ ਹਾਂ, ਹਾਂ ਧੱਕੇ ਨਾਲ ਠੀਕ ਕਰਦੇ। ਇਹ ਥੋੜ੍ਹੀ ਕਮੀ ਪੇਸ਼ੀ ਹੋਣ ਦਾ ਕਰਕੇ ਹਾਲ ਜਿਹੜੀਆਂ ਹੋ ਰਿਹਾ ਨਾ, ਜਿਹੜੇ ਹਾਲਾਤ ਬਣੇ ਹੈ, ਜਾਂ ਬੰਦਾ ਹੋਮੇ ਦਾ ਤਿਆਗੀ ਬਣ ਗਿਆ, ਹੰਕਾਰੀ ਜਿਹਾ ਬਣਿਆ ਫਿਰਦਾ, ਜਾਂ ਐਵੇਂ ਲੜਦਾ ਫਿਰਦਾ, ਹਾਂ ਖਾਮ ਖਾਲੀ ਗੱਲ ਹੈ ਜੀ, ਹਾਂ। ਅਤੇ ਜਦੋਂ ਆਪਾਂ ਇਹ ਵਿਚਰਦੇ ਹਾਂ ਅਤੇ ਵਾਤਾਵਰਨ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਨਹੀਂ ਹੈ, ਉਹ ਰੇਅਰ ਕੇਸ ਤਾਂ ਮੈਂ ਤੁਹਾਨੂੰ ਦੱਸਿਆ ਕੋਈ ਹੋ ਜਾਂਦਾ ਹੈਗਾ, ਲੇਕਿਨ ਜ਼ਿਆਦਾਤਰ ਇਹ ਸਾਡੇ ਚਾਲ ਜੇ ਕਮੀ ਪੇਸ਼ੀ ਹੈ, ਅਸੀਂ ਆਪਣੇ ਮਾਂ ਬਾਪ ਨੂੰ ਹੁਣ ਪਿੰਡਾਂ 'ਚ ਕਈ ਵਾਰੀ ਉਸ ਤਰ੍ਹਾਂ ਗੱਲਬਾਤ ਜੀ ਕਰਦੇ ਆ, ਉਹ ਇਹ ਆਏ ਹੈ ਮਾਂ ਉਲਟਾ ਸਿੱਧਾ ਬੋਲਦੇ ਆ, ਅਤੇ ਫਿਰ ਕਿਵੇਂ ਉਹ ਐਕਸਪੈਕਟ ਕਰ ਲੈਣਗੇ ਗੱਲ ਨੂੰ ਬੱਚੇ, ਜਾਂ ਜਿੱਦਾਂ ਦਾ ਮਾਹੌਲ ਪੈਦਾ ਕਰਾਂਗੇ ਉਹੋ ਜਿਹਾ ਹੀ। ਹਾਂਜੀ ਉਹ ਔਰ ਮਾਹੌਲ ਆਪਦੇ 'ਤੇ ਤਾਂ ਉਹੀ ਹੈ, ਜਦੋਂ ਆਪਾਂ ਗੁਰਬਾਣੀ ਦੇ ਨਾਲ ਗੁਰਮਤ ਦੇ ਨਾਲ ਸਿੱਖੇ ਹੋਏ ਤਾਂ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਜੋ ਨਿਤਨੇਮ ਕਰਦੇ ਹਾਂ, ਇਹ ਸਾਰੀਆਂ ਚੀਜ਼ਾਂ ਦੀ ਆਪਾਂ ਨੂੰ ਪ੍ਰੇਰਨਾ ਮਿਲਦੀ। ਕਈਆਂ ਨੂੰ ਇਹ ਲੱਗਦਾ ਕਿ ਗੁਰਬਾਣੀ ਜਾਂ ਪਾਠ ਜਾਂ ਸਾਡੇ, ਚਲੋ ਆਪਾਂ ਇਹ ਕਹਿ ਲਈਏ ਕਿ ਧਰਮ ਦੇ ਲੋਕਾਂ ਨੇ, ਹੈ ਨਾ, ਧਰਮ ਦੇ ਨਾਂ 'ਤੇ ਲੋਕਾਂ ਨੂੰ ਲੁੱਟਣ ਵਾਲਿਆਂ ਨੇ, ਧੰਦਾ ਬਣਾਉਣ ਵਾਲਿਆਂ ਨੇ, ਸਿਸਟਮ ਇੱਦਾਂ ਦਾ ਬਣਾਤਾ ਜਿੱਦਾਂ ਬਈ ਪਾਠ ਕਰਾ ਦਿਉ, ਲੜੀਆਂ ਚਲਾ ਦਿਉ, ਜਾਂ ਮੰਨ ਲਓ ਬਸ ਇੰਨਾ ਇੰਨੇ 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 ਪਾਠ ਜੀ, ਇੰਨਾ ਇੰਨੇ ਟਾਈਮ ਦਾ ਮੰਨ ਲਓ ਸਿਮਰਨ ਜੀ, ਇੱਦਾਂ ਇੱਦਾਂ ਕਈ, ਚਲੋ ਆਪਾਂ ਇਹਨੂੰ ਇਹ ਨਹੀਂ ਕਹਿੰਦੇ ਕਿ ਅਸੀਂ ਕੱਟਦੇ ਹਾਂ। ਮੰਨ ਲਓ ਰੀਜ਼ਨ ਇਹ ਸੀਗਾ ਕਿ ਗੁਰਬਾਣੀ ਸੀ ਇੱਕ ਜੀਵਨ ਜਾਚ, ਹਾਂਜੀ ਹਾਂਜੀ, ਜਿੱਤੋਂ ਗੁਰਬਾਣੀ ਤੋਂ ਅਸੀਂ ਜ਼ਿੰਦਗੀ ਜਿਉਣ ਦਾ ਢੰਗ, ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖਿਆ ਸੀ। ਅੱਜ ਬਹੁਤਾਤ 'ਚ ਕਿਤੇ ਨਾ ਕਿਤੇ ਵੀ ਹੋ ਰਿਹਾ ਨਾ ਕਿ ਅਸੀਂ ਗੁਰਬਾਣੀ ਨੂੰ ਵਿਚਾਰਦੇ ਨਹੀਂ, ਗੁਰਬਾਣੀ ਨੂੰ ਵਿਚਾਰ ਕੇ ਜੀਵਨ 'ਚ ਨਹੀਂ ਜਾਂ ਪਰਿਵਾਰ ਦੇ ਆਪਣੀ ਜ਼ਿੰਦਗੀ 'ਚ ਲਾਗੂ ਨਹੀਂ ਕਰਦੇ, ਸਿਰਫ ਇੱਕ ਰੱਟਾ ਪਾਠ ਕਰਨ ਦਾ, ਇੰਨੇ ਪਾਠ ਕਰ ਲਓ, ਇੰਨੇ ਪਾਠ ਕਰ ਲਓ, ਉਹ ਉਹ ਕਰ ਲਓ ਜੀ, ਉਹ ਉਹ ਕਰ ਲਓ, ਉਹ ਕਰ ਲਓ, ਇੱਧਰ ਨੂੰ ਨਹੀਂ ਉਲਝੇ ਪਏ, ਕਿਤੇ ਵੀ ਇੱਕ ਕਾਰਨ ਨਹੀਂ ਬਣਦਾ। ਨਹੀਂ ਇਹ ਬਹੁਤ ਵੱਡਾ ਕਾਰਨ ਆ ਜੀ, ਬਹੁਤ ਵੱਡਾ ਕਾਰਨ ਹੈਗਾ ਇਹ। ਜਿਵੇਂ ਸਿੰਘ ਸਭਾ ਜਦੋਂ ਲਹਿਰ ਆਉਣ ਤੋਂ ਪਹਿਲਾਂ ਵੀ ਇਸ ਤਰ੍ਹਾਂ ਦਾ ਵਾਤਾਵਰਨ ਜਿਹਾ ਬਣ ਗਿਆ ਸੀ, ਮੁੜ ਕੇ ਸਿੰਘ ਸਭਾ ਲਹਿਰ ਆਈ ਹੈ ਨਾ, ਅਤੇ ਉਹਨਾਂ ਨੇ ਸਾਰੀ ਚੀਜ਼ ਨੂੰ ਕਾਫੀ, ਮਤਲਬ ਜਿਹੜੀ ਅੱਜ ਦੀ ਸਿੱਖ ਸਹੀ ਮੈਨੇ 'ਚ, ਜਿੱਦਾਂ ਆਪਾਂ ਮੋਟੀਵੇਟ ਦੀ ਗੱਲ ਕਰਦੇ ਸੀਗੇ ਕਿ ਮੰਨ ਲਓ ਗੁਰਬਾਣੀ ਨੇ ਸਾਨੂੰ, ਜੇ ਅਸੀਂ ਪੜ੍ਹਦੇ ਵਿਚਾਰਦੇ ਗੁਰਬਾਣੀ ਤੋਂ ਸੇਧ ਲੈਂਦੇ ਤਾਂ ਗੁਰਬਾਣੀ ਨੇ ਸਾਨੂੰ ਮੋਟੀਵੇਟ ਕਰਨਾ ਚਾਹੇ ਪਰਿਵਾਰਕ ਪੱਖ ਤੋਂ, ਚਾਹੇ ਆਪਦੀ ਜ਼ਿੰਦਗੀ ਦੇ ਪੱਖ ਤੋਂ। ਹਾਂਜੀ ਹਾਂਜੀ, ਮਕਸਦ ਤਾਂ ਸਾਡਾ ਇਹ ਸੀਗਾ। ਹਾਂਜੀ ਹਾਂਜੀ, ਅਤੇ ਹੁਣ ਇਹ ਸਾਰੀ ਚੀਜ਼ ਜਿਵੇਂ ਜਿਵੇਂ ਸਮਝ ਆ ਰਹੀ ਨਾ, ਫਿਰ ਉੱਥੇ ਗੱਲਬਾਤ ਆ ਵੀ ਜਦੋਂ ਹੁਣ